ਜਾਸਟੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਅੱਜ ਦਾ ਮੁੱਦਾ ਵਜ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਤੁਸੀਂ ਕਿਸਾਨ ਸੰਘਰਸ਼ ਦੇ ਨਾਲ ਨਾਲ ਜਿਹੜੀਆਂ ਪੰਜ ਸੂਬੇ ਵਿੱਚ ਚੋਣਾਂ ਹੋ ਰਹੀਆਂ ਉਸ ਤੇ ਬਾਬਤ ਚੰਗੀ ਤਰ੍ਹਾਂ ਜਾਣ ਕਰ ਰੱਖਤੇ ਹੋਵੋਗੇ ਬੈਨਾ ਜਾਣਕਾਰੀ ਵਿਚਾਲੇ ਜਿਹੜਾ ਜ਼ਮੀਨ ਤੇ ਉੱਥੇ ਜੋ ਕੁਝ ਹੋ ਰਿਹਾ ਉਹਦੇ ਬਾਰੇ ਸਾਡਾ ਗੱਲਬਾਤ ਕਰਨਾ ਫਰਜ਼ ਪੰਧਰ ਇਸ ਲਈ ਅਸੀਂ ਗੱਲਬਾਤ ਕਰ ਰਹੇ ਹਾਂ ਮਮਤਾ ਬੈਨਰਜੀ тримਲ ਕਾਂਗਰਸ ਦੀ ਸੀਨੀਅਰ ਲੀਡਰ ਪੱਛਮੀ ਮਗਾਲ ਦੀ ਮੁੱਖ ਮੰਤਰੀ ਉਹਨਾਂ ਦਾ ਮੁਕਾਬਲਾ ਸਿੱਧਾ-ਸਿੱਧਾ ਇਸ ਵਕਤ ਪ੍ਰਧਾਨ ਮੰਤਰੀ ਨਾਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਥੇ ਪੂਰਾ ਜੋਰ ਲਗਾ ਦਿੱਤਾ ਉਹਨਾਂ ਦੀ ਪੂਰੀ ਟੀਮ ਉੱਥੇ ਲੱਗੀ ਹੋਈ ਹੈ ਬੀਜੇਪੀ ਤੇ ਟੀਐਮਸੀ ਦੇ ਵਿਚਾਲੇ ਸਿੱਧਾ-ਸਿੱਧਾ ਮੁਕਾਬਲਾ ਪਰ ਸਿੱਧੇ ਮੁਕਾਬਲੇ ਦੇ ਵਿਚਾਲੇ ਕਾਂਗਰਸ ਤੇ ਲੈਫਟ ਸੋਚਦੇ ਪਏ ਆ ਅਸੀਂ ਵੀ ਕੁਝ ਗੇਨ ਕਰ ਜਾਵਾਂਗੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਸਾਨ ਉੱਥੇ ਚਲੇ ਗਿਆ ਹੈ ਕਿਸਾਨਾਂ ਨੇ ਸਿੱਧਾ-ਸਿੱਧਾ ਐਲਾਨ ਕਰ ਦਿੱਤਾ ਹੈ ਕਿ ਬੀਜੇਪੀ ਦੇ ਖਿਲਾਫ ਵੋਟ ਪਾਣੀ ਹੈ ਪਰ ਉਹ ਇਹ ਨਹੀਂ ਕਹਿੰਦੇ ਪਏ ਕਿ ਕਿਹਨੂੰ ਵੋਟ ਪਾਣੀ ਉਹ ਕਹਿੰਦੇ ਬੀਜੇਪੀ ਇਸ ਸੰਦਰਭ ਨਾਲ ਜੁੜਿਆ ਹੋਇਆ ਹੈ ਕਿ ਪੱਛਮੀ ਬੰਗਾਲ ਤੇ ਪੰਜਾਬ ਇਹ ਦੋ ਸੂਬੇ ਜਿਹਾ ਹੈ ਜਿਨ੍ਹਾਂ ਨੇ ਜਿਹੜੇ ਸਾਡੇ ਵੱਡੇ-ਵੱਡੇ ਸੰਗਰਾਮ ਉਹਨਾਂ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਪੰਜਾਬ ਤੋਂ ਜਿਹੜਾ ਸੰਘਰਸ਼ ਵਿੱਢਿਆ ਹੋਇਆ ਉਸ ਨੂੰ ਬੰਗਾਲ ਵਿੱਚ ਕਿੰਨਾ ਸਾਥ ਮਿਲਦਾ ਇਹ ਮਹੱਤਵਪੂਰਨ ਸਵਾਲ ਹੈ ਤੇ ਇਸੇ ਸਵਾਲ ਦੇ ਨਾਲ ਅਸੀਂ ਅੱਗੇ ਵਧਾਂਗੇ ਬੰਗਾਲ ਨਾਲ ਕਿਹੜਾ ਪੁਵਿਕ ਜੁੜਿਆ ਤੇ ਕਿਹੜੇ ਕਿਹੜੇ ਪੁਆਇੰਟਰਸ ਤੇ ਅੱਜ ਅਸੀਂ ਗੱਲ ਕਰਨੀ ਹੈ ਸਿੱਧਾ ਸਿੱਧਾ ਤੁਹਾਨੂੰ ਪਹਿਲਾਂ ਪੁਆਇੰਟਰਸ ਆਸ ਦੀ ਅੱਜ ਦਾ ਮੁੱਦਾ ਕਿਸਾਨਾਂ ਦਾ ਬੰਗਾਲ ਮੋਰਚਾ ਦਿੱਲੀ ਤੋਂ ਕਿਸਾਨ ਆਗੂਆਂ ਨੇ ਪੱਛਮੀ ਬੰਗਾਲ ਢੇਰੇ ਲਾ ਲਿਆ ਹੈ ਖੇਤੀਬਾੜੀਗਰਾਂ ਦੇ ਮੁੱਦੇ ਤੇ ਬੰਗਾਲ ਚ ਪਾਜਪਾ ਦੀ ਮੁਖਾਲਫਤ ਦਾ ਬਿਗਲ ਵਜਾ ਦਿੱਤਾ ਗਿਆ ਰੈਲੀਆਂ ਉੱਥੇ ਸ਼ੁਰੂ ਹੋ ਚੁੱਕੀਆਂ ਬੰਗਾਲ ਸਾਂਨੇ ਪੰਜ ਸੂਬਿਆਂ ਵਿੱਚ ਭਾਜਪਾ ਵਿਰੁੱਧ ਫੋਰਟ ਪੁੰਦਾ ਹੁਕਾ ਦਿੱਤਾ ਗਿਆ ਕਾਂਗਰਸ ਤੇ ਭਾਜਪਾ ਨੇ ਇਸ ਦੇ ਵਿਚਾਲੇ ਸਟਾਰ ਪ੍ਰਚਾਰ ਕਰਨ ਦੀ ਸੂਚੀ ਜਾਰੀ ਕਰਤੀ ਹੈ ਦੋਨਾਂ ਨੇ ਤੀਤੀ ਸਟਾਰ ਪ੍ਰਚਾਰਕ ਉਹਨਾਂ ਨੇ ਸੂਚੀ ਜਾਰੀ ਕੀਤੀ ਹੈ ਅਸਲ ਮੁੱਦਿਆਂ ਨੂੰ ਛੱਡ ਤਰੁਵੀ ਕੰਦੀ ਰਾਜਨੀਤੀ ਉੱਥੇ ਹਾਵੀ ਹੋ ਰਹੀ ਹੈ ਧਰਮ ਦੀ ਰਾਜਨੀਤੀ ਹਾਵੀ ਹੋ ਰਹੀ ਹੈ ਇਸ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਪੱਛਮੀ ਮਗਾਲ ਵਿੱਚ 8 ਗੇੜ ਵਿੱਚ VOTING ਹੋਣੀ ਹੈ 2 ਮਹੀਨੋਂ ਨਤੀਜੇ ਆਉਣਗੇ ਤੇ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਡਾਕਟਰ ਪਿਆਲਾ ਗਰਗ ਹੋਣਗੇ ਐਕਟੀਵਿਸਟ ਨੇ ਡਾਕਟਰ ਪਿਆਲਾ ਗਰਗ ਜ਼ਮੀਨ ਦੇ ਜੁੜੇ ਮੁੱਦਿਆਂ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਰੱਖਦੇ ਆ ਕਿਸਾਨ ਮਹਾਪੰਚਾਇਤਾਂ ਵਿੱਚ ਸ਼ਿਰਕਤ ਕਰਦੇ ਰਹਿੰਦੇ ਆ ਤੇ ਬੰਗਾਲ ਦੇ ਵਿੱਚ ਲੈਫਟ ਦਾ ਝੰਡਾ ਜਿਸ ਤਰੀਕੀ ਨਾਲ ਬਹੁਤ ਸਾਲ ਉਤਾਰ ਰਿਹਾ ਉਸ ਦੇ ਵਿਚਾਰੇ ਹੁਣ ਦੀ ਸਿਆਸਤ ਬੰਗਾਲ ਦੀ ਕਹਿੰਦੇ ਆ ਸਾਬਕਾ ਰਜਿਸਟਰਰ ਬਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਨੇ ਡਾਕਟਰ ਗਰਗ ਸਰ ਬਹੁਤ ਸਵਾਗਤ ਅਸਰ ਟੋੜਾ ਸ਼ੁਕਰੀਆ ਜੀ ਬਹੁਤ-ਬਹੁਤ ਡਟਕਰ ਕੇ ਸਰ ਪਹਿਲਾ ਸਵਾਲ ਮੈਂ ਸਿੱਧਾ ਇਹੀ ਕਰੂੰਗਾ ਸਰ ਕਿ ਜਿੱਥੇ ਤਰੁਵੀਕਰਨ ਦੀ ਰਾਜਨੀਤੀ ਹੁੰਦੀ ਹੋਵੇ ਉਥੇ ਢਿੱਡ ਦਾ ਸਵਾਲ ਕਿਵੇਂ ਖੜਾ ਕੀਤਾ ਜਾ ਸਕਦਾ ਸਰ ਢਿੱਡ ਦਾ ਸਵਾਲ ਖੜਾ ਕਰਨਾ ਬੜਾ ਔਖਾ ਹੈ ਜਿੱਥੇ ਤਰੁਵੀਕਰਨ ਦੀ ਰਾਜਨੀਤੀ ਖੜੀ ਹੋ ਜਾਵੇ ਡਟਕਰ ਬਹੁਤ ਸਿੱਧਾ ਸਵਾਲ ਹੈ ਸਰ ਬਿਲਕੁਲ ਠੀਕ ਹੈ ਕਪਤੀ ਜੀ ਤੁਸੀਂ ਬੇ ਜਿੱਥੇ ਤੁਸੀਂ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਪਾਗਲ ਜਾਂ ਤੁਸੀਂ ਇੱਕ ਜਾਤ ਦੇ ਜਾਂ ਫਿਰਕੇ ਦੇ ਨਾਂ ਤੇ ਪਾਗਲ ਬਣਾ ਕੇ ਉਹਨਾਂ ਦੇ ਮਨ ਦੇ ਵਿੱਚ ਬਤੂਰ ਭਰ ਕੇ ਇਕੱਠੇ ਕਰ ਦਿੰਦੇ ਹੋ ਉੱਥੇ ਫਿਰ ਜਿਹੜੇ ਬਾਕੀ ਮੁੱਦੇ ਨੇ ਉਹ ਆਮ ਤੌਰ ਤੇ ਪਿਛੋਕੜ 'ਚ ਛੱਡ ਜਾਂਦੇ ਨੇ ਉਹ ਮੁੱਖ ਰਹਿੰਦੇ ਨਹੀਂ ਪਰ ਇੱਕ ਗੱਲ ਫਿਰ ਵੀ ਆਇਆ ਵੀ ਜਦ ਉਹ ਜਿਹੜੀ ਰਾਜਨੀਤੀ ਹੈ ਅਸਲੀ ਅਸਰ ਪਾਉਂਦੀ ਹੈ ਤਾਂ ਇੱਕ ਲਹਿਰ ਤੇ ਲੋਕ ਬੋਲਣਾ ਵੀ ਸ਼ੁਰੂ ਕਰ ਦਿੰਦੇ ਆ ਆਪਾਂ ਹੁਣ ਵਾਰ ਦੇ ਵਿੱਚ ਵੀ ਦੇਖਿਆ ਇੰਨਾ ਪ੍ਰਵਿਕਨ ਹੋਣ ਦੇ باوجود ਪਟ્રોલ ਦੇ ਉੱਤੇ ਤੁਹਾਨੂੰ ਹੋ ਕੇ ਦੁਖੀ ਹੋਏ ਹੀ ਨਹੀਂ ਨਾ ਗੈਸ ਦੀ ਜਿਹੜੀ ਕੀਮਤ ਵਧੀ ਜਾਂਦੀ ਹੈ ਉੱਤੇ ਲੋਕ ਦੁਖੀ ਹੋਏ ਨੇ ਨਾ ਸੋ ਇੱਕ ਲੈਵਲ ਤੇ ਜਾ ਕੇ ਕਰਦੇ ਨੇ ਪਰ ਸਾਡਾ ਦੁਖਾਂਤ ਕੀ ਹੈ ਅਸੀਂ ਆਜ਼ਾਦੀ ਦੀ ਲੜਾਈ ਲੜੀ ਸੀ ਇਕੱਠੇ ਹੋ ਕੇ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਹੈ ਜਿੱਥੇ ਪੰਜਾਬ ਹੈ ਪੰਜਾਬ ਨੂੰ ਕਹਾਂਗੇ ਹਰਿਆਣਾ ਉਹ ਪੰਜਾਬ ਦਾ ਹਿੱਸਾ ਸੀ ਉੱਤਰੀ ਯੂਪੀ ਜਿਹੜੀ ਸੀ ਵੈਸਟਰਨ ਯੂਪੀ ਸੌਰੀ ਪੱਛਮੀ ਯੂਪੀ ਉਹਦਾ ਜਿਹੜਾ ਕਾਫੀ ਹਿੱਸਾ ਯੂਪੀ ਦਾ ਨਾ ਬਹੁਤੇ ਹਿੱਸਾ ਤੇ ਬੰਗਾਲ ਇਹ ਚਾਰ ਸਟੇਟਾਂ ਸੀ ਜਿਨ੍ਹਾਂ ਨੇ ਚਾਹੇ 1857 ਦਾ ਜਿਹਨੂੰ ਗਦਰ ਕਹਿੰਦੇ ਨੇ ਜਾਂ ਪਹਿਲੀ ਆਜ਼ਾਦੀ ਦੀ ਲੜਾਈ ਕਹਿੰਦੇ ਨੇ ਉਹਦੇ ਵਿੱਚ ਹਿੱਸਾ ਲਿਆ ਜਾਂ ਫਿਰ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਡੀਆਂ ਮੂਵਮੈਂਟਸ ਇੱਥੇ ਲਾਂਚ ਹੋਈਆਂ ਸੀ ਸਾਰੀਆਂ ਲੈਹਰਾਂ ਵੱਡੀਆਂ ਤੇ ਉਹ ਜਿਹੜਾ ਸੀ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਵਿੱਚ ਵੀ ਜਿਹੜਾ ਅੰਗਰੇਜ਼ ਸੀ ਇਹਨੂੰ ਧਰਵੀਕਰਨ ਕਰਦਾ ਸੀ ਉਹ ਧਰਮ ਦੇ ਨਾਂ ਤੇ ਚਾਹੇ ਉਹ ਉਹਨੇ 1857 ਤੋਂ ਬਾਅਦ ਜਦੋਂ ਉਸਨੂੰ ਇਹ ਗੱਲ ਸਮਝ ਆ ਗਈ ਉਹਨੇ ਯੂਪੀ ਨਾਲੋਂ ਹਰਿਆਣਾ ਨੂੰ ਤੋੜ ਕੇ ਪੰਜਾਬ ਨਾਲ ਜੋੜਿਆ ਤਾਂ ਕਿ ਵੀ ਇੱਕ ਪਾਸਾ ਨਾ ਰਹੇ ਜੀ ਹਰਿਆਣਾ ਪਹਿਲਾਂ ਪੰਜਾਬ ਨਾਲ ਨਹੀਂ ਸੀ ਫਿਰ ਪੰਜਾਬ ਤੋਂ ਬਾਅਦ ਆਪਣਾ ਪਤਾ ਜੋ ਕੁਛ ਰਹਿ ਜਾਂਦਾ ਹੋਇਆ ਤੇ ਉਸ ਤੋਂ ਬਾਅਦ ਇਸ ਤਰੀ 1919 ਦੇ ਜਨਰਲ ਬਾਗ ਤੋਂ ਬਾਅਦ ਜਨਰਲ ਬਾਗ ਦੇ ਕਾਂਡ ਤੋਂ ਬਾਅਦ ਉਸਨੇ ਇੱਕ ਪਾਸੇ ਆਰ ایس ایس টাইਪ ਜਿਹੜਾ ਸੀਗਾ ਦੂਜੇ ਪਾਸੇ ਉਸਨੇ ਦਿਮਾਤੇ ਸਰਾਮੀ ਵਗੈਰਾ ਇਹ 1925 ਚਾਰ ਐਸਸ ਬੰਦਾ ਹੈ ਸ਼ਰੂ ਮਨੀ ਕਮੇਟੀ ਬੰਦੀ ਹੈ ਤੇ 1925 ਸ਼ਰੂ ਮਨੀ ਕਮੇਟੀ ਅੰਗਰੇਜ਼ ਦੇ ਹੱਥ ਤੇ ਨਹੀਂ ਚੱਲੀ ਪਰ ਉਸਨੇ ਸਿੱਖਾਂ ਦੇ ਵਿੱਚ ਉਹ ਕਮਨਲਿਜ਼ਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਨਹੀਂ ਕਰ ਸਕਿਆ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਉਹ ਕਮਨਲਿਜ਼ਮ ਕਰ ਗਿਆ ਹੁਣ ਅਸੀਂ ਦੇਖੀਏ ਵੀ ਜਿਹੜਾ ਸ਼ਾਸਕ ਉਸ ਵਕਤ ਸੀ ਉਹ ਵਿਦੇਸ਼ੀ ਸੀ ਉਹ ਤਾਂ ਦੇਸ਼ ਨੂੰ ਉਹਨੂੰ ਤਾਂ ਕੋਈ ਉਹਨਾਂ ਦਾ ਪੈਸਾ ਡੁੱਟ ਕੇ ਜਾਣਾ ਸੀ ਉਹਨੂੰ ਉਹਨੇ ਉਹ ਰਹਿਣਾ ਨਹੀਂ ਸੀ ਉਹਨੂੰ ਪਤਾ ਸੀ ਮੈਂ ਤਾਂ ਸ਼ਾਸਨ ਕਰਨ ਆਇਆ ਸਿਰਫ ਤੇ ਉਹ ਜੋ ਕੁਝ ਕਰ ਰਿਹਾ ਸੀ ਅੱਜ ਸਾਡੀ ਜਿਹੜੀ ਸਰਕਾਰ ਹੈ ਵੈਸੇ 47-42 ਸਰਕਾਰਾਂ ਦਾ ਹੀ ਹਾਰ ਰਿਹਾ ਪਰ ਅੱਜ ਬਹੁਤ ਹੀ ਜ਼ਿਆਦਾ ਹੋ ਗਿਆ ਇੱਕ ਹੱਦ ਤੋਂ ਵੱਧ ਗਿਆ ਇਹ ਜਿਹਦੇ ਵਿੱਚ ਇਸ ਮੁਲਕ ਦਾ ਜਿਹੜਾ ਭਵਿੱਖ ਹੈ ਉਹ ਵੀ ਮੈਨੂੰ ਲੱਗਦਾ ਹੈ ਵੀ ਸੱਚਮੁੱਚ ਖਤਰੇ 'ਚ ਪੈਂਦਾ ਜਾ ਰਿਹਾ ਹੈ ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਜਿਹੜਾ ਪ੍ਰੈਜ਼ੈਂਟ ਰੀਨ ਹੈ ਗੇੜੇ ਵਿਚਲੇ ਛੇ ਸੱਤ ਸਾਲ ਤੋਂ ਲਗਾਤਾਰ ਇਸ ਕੋਸ਼ ਦੇ ਵਿੱਚ ਸੱਤ ਸਾਲ ਤੋਂ ਕਿ ਲੋਕਾਂ ਨੂੰ ਬਿਲਕੁਲ ਡੋਫਟੀ ਕੱਢ ਗਏ ਫਾੜ ਦिए ਜਾਤ ਦੇ ਨਾਂ ਤੇ ਫਾੜ ਗਏ ਧਰਮ ਦੇ ਨਾਂ ਤੇ ਫਾੜ ਗਏ ਖਿੱਤੇ ਦੇ ਨਾਂ ਤੇ ਫਾੜ ਗਏ ਤੇ ਬੋਲੀ ਦੇ ਨਾਂ ਤੇ ਫਾੜ ਦिए ਕਿੱਤੇ ਲੋਕਾਂ ਨੂੰ ਕਿੱਤੇ ਦੇ ਨਾਂ ਤੇ ਕਿੱਤੇ ਔਰ ਕਿੱਤੇ ਦੋਨਾਂ ਦੇ ਨਾਂ ਤੇ ਫਾੜ ਗਏ ਜਦ ਇੱਕ ਹੁਕਮਰਾਨ ਜਿਹੜਾ ਕਹਿੰਦਾ ਮੈਂ ਦੇਸ਼ ਦਾ ਹੁਕਮਰਾਨ ਆ ਜਿਹੜਾ ਕਹਿੰਦਾ ਇਹ ਦੇਸ਼ ਨੂੰ ਇੱਕ ਰੱਖਣਾ ਹੈ ਜਿਹੜਾ ਕਹਿੰਦਾ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਮੈਂ ਝੰਡਾ ਵਰਦਾਨ ਆ ਜਿਹੜਾ ਕਹਿੰਦਾ ਦੇਸ਼ ਨੂੰ ਮੈਂ ਅੱਗੇ ਵਧਾਉਣਾ ਹੈ ਦੇਸ਼ ਨੂੰ ਮੈਂ ਨੰਬਰ 1 ਬਣਾਉਣਾ ਹੈ ਮੈਂ 5 ਟ੍ਰੀਡਿੰਗ ਇਕਨੋਮੀ ਬਣਾਉਣੀ ਹੈ ਉਹ ਫਾੜ ਕੇ ਕਿਉਂ ਰਾਜ ਕਰ ਰਿਹਾ ਹੈ ਤੇ ਇਨਾ ਇਹ ਗੱਲ ਦੇਖਣ ਦੀ ਲੋੜ ਹੈ ਫਿਰ ਬੰਗਾਲ ਤੇ ਉਹਨਾਂ ਵੀ ਫਿਰ ਬੰਗਾਲ ਦੀ ਚੋਣ ਉਹਦੇ ਵਿੱਚ ਕਿਵੇਂ ਸੰਭਾਲ ਕੇ ਬੈਠੇ ਡਟ ਕਰ ਡਟ ਕਰ ਜਦੋਂ ਸਭ ਦਾ ਸਾਥ ਸਭ ਦਾ ਵਿਕਾਸ ਦੀ ਗੱਲ ਕਰਦੇ ਆ ਪਰ ਜ਼ਮੀਨ ਤੇ ਸਰ ਉਹ ਨਹੀਂ ਦਿਖਦਾ ਜ਼ਮੀਨ ਤੇ ਤਾਂ ਅਸੀਂ ਕੁਝ ਹੋਰ ਦੇਖਦੇ ਪਏ ਆ ਜ਼ਮੀਨ ਤੇ ਤਾਂ ਕਮਲイズਮ ਦਾ ਸਾਰਾ ਕੁਝ ਕੀਤਾ ਜਾ ਰਿਹਾ ਉੱਥੇ ਪ੍ਰਪਗੈਂਡਾ ਜਿਸ ਤਰੀਕੇ ਨਾਲ ਸਾਰਾ ਫਲਾਇਆ ਜਾ ਰਿਹਾ ਉੱਥੇ ਸਰ ਪ੍ਰੋਡਿਊਸਰ ਕੰਜ਼ਿਊਮਰ ਦੀ ਤਾਂ ਗੱਲ ਨਹੀਂ ਹੋ ਰਹੀ ਡਟ ਕਰ ਬਿਲਕੁਲ ਠੀਕ ਹੈ ਨਾ ਮੈਂ ਬਿਲਕੁਲ ਠੀਕ ਹੈ ਤੁਸੀਂ ਬਿਲਕੁਲ जायਜ਼ ਸਵਾਲ ਆਇਆ ਆਪ ਜੀ ਦਾ ਕਿ ਜਿੱਥੇ ਇੱਕ ਪਾਸੇ ਸਭ ਦਾ ਸਾਥ ਸਭ ਦਾ ਵਿਕਾਸ ਦੀ ਗੱਲ ਕਰੀ ਜਾਂਦੀ ਹੈ ਸੁੱਧਾ ਕਟੰਬਾ ਮੰਦੀ ਗੱਲ ਕਰੀ ਜਾਂਦੀ ਹੈ ਉੱਥੇ ਅਸਲੀਅਤ ਦੇ ਵਿੱਚ ਹਕੀਕਤ ਜਿਹੜੀ ਆ ਉਹਦੇ ਉਲਟਾ ਹੈ ਕਹਿਣ ਦਾ ਕਹਿਣੀ ਤੇ ਕਥਨੀ 'ਚ ਬਹੁਤ ਹੀ ਜ਼ਿਆਦਾ ਫਰਕ ਹੈ ਜਿਹਨੂੰ ਅਸੀਂ ਕਹਿੰਦੇ ਆ ਮੂੰਹ ਵਿੱਚ ਰਾਮ ਰਾਮ ਤੇ ਬਗਲ ਵਿੱਚ ਛੁਰੀ ਵਾਲੀ ਗੱਲ ਹੈ ਤੇ ਇਹਦੇ ਵਿੱਚ ਕੀ ਹੋ ਰਿਹਾ ਹੈ ਕਿ ਉੱਥੇ ਲੋਕਾਂ ਨੂੰ ਮੁਸਲਮਾਨ ਹਿੰਦੂ ਮੁਸਲਮਾਨ ਦੇ ਨਾਤੇ ਵਿਸ਼ੇਸ਼ ਕਰਕੇ ਸੀਐਨਆਰਸੀ ਦੇ ਸੰਦਰਭ ਦੇ ਵਿੱਚ ਆਸਾਮ ਵਿੱਚ ਵੀ ਬੰਗਾਉ ਕਿਉਂਕਿ ਦੋ ਸਿੱਟੇ ਤਾਂ ਜ਼ਿਆਦਾ ਅਫੈਕਟਡ ਨੇ ਤੇ ਇਹਨਾਂ ਦੇ ਵਿੱਚ ਬੜੀ ਬੁਰੀ ਤਰ੍ਹਾਂ ਵੰਡਿਆ ਜਾ ਰਿਹਾ ਹੈ ਕਹਿੰਦਾ ਇਹ ਹੀ ਨਹੀਂ ਵੰਡਿਆ ਜਾ ਰਿਹਾ ਸਾਰੇ ਜਿਹੜੇ ਨੌਰਮ ਨੇ ਰਾਜਨੀਤੀ ਦੇ ਉਹ ਵੀ ਤੋੜ ਕੇ ਇਹ ਖਰੀਦੋ ਫਰੋਖਤ ਦੇ ਉੱਤੇ ਧਮਕੀਆਂ ਦੇ ਉੱਤੇ ਧੱਕਿਆਂ ਦੇ ਉੱਤੇ ਇਵਨ ਮੈਨੂੰ ਡਰ ਆਇਆ ਵੀ ਕਤਲਾਂ ਦੇ ਉੱਤੇ ਵੀ ਗੱਲ ਜਾ ਸਕਦੀ ਹੈ ਕਿਉਂਕਿ ਜਿਸ ਪਾਸੇ ਨੂੰ ਗੱਲ ਜਾ ਰਹੀ ਹੈ ਜਿਹੜਾ ਵੀ ਅੱਜ ਦੇ ਹੁਕਮਰਾਨਾਂ ਦਾ ਵਿਰੋਧ ਕਰਦਾ ਹੈ ਉਸ ਦੇ ਉੱਤੇ ਹਰ ਤਰ੍ਹਾਂ ਦੇ ਇਹ ਹੀਲੇ ਵਰਤਦੇ ਨੇ ਆ ਮੈਂ ਤੁਹਾਨੂੰ ਪਤਾ ਨਾ ਕਿੰਨਾ ਕੁ ਬੋਲਦਾ ਮੇਰੇ 5-6 ਦਿਨਾਂ ਤੋਂ ਮੇਰੇ ਘਰ ਜਾਦ ਵਾਲੇ ਕੀ ਕਰਦੇ ਰਹਿੰਦੇ ਨੇ ਲੋਕ ਤੇ ਕੱਲ ਵੀ ਤਿੰਨ ਕ ਬੰਦੇ ਆਏ ਸੀ ਜਿਲਕੇ ਜੜਾ ਕੇ ਤੇ ਉਹ ਪਰਚੰਤ ਮੈਂ ਇੰਟਰਵਿਊ ਦੇ ਰਿਆ ਸੀ ਸਰਵੈਂਟ ਨਹੀਂ ਬਾਹਰ ਤੇ ਜਿਹੜੀ ਸਫਾਈ ਕਰਨਾਈ ਸੀ ਸੋ ਬਾਰੇ ਸੋ ਇਹ ਜਿਹੜਾ ਇਹਨਾਂ ਦਾ ਤਾਅ ਤਰੀਕੇ ਬਹੁਤ ਹੀ ਮਾਰਾ ਹੈ ਇਹ ਹੁਣ ਬਹੁਤ ਖਤਰਨਾਕ ਰੁਝਾਨ ਹੈ ਜਿਹੜਾ ਤੁਸੀਂ ਡਾਟਾ ਕਰਕੇ ਦੱਸ ਰਹੇ ਹੋ ਇਹ ਬਹੁਤ ਖਤਰਨਾਕ ਰੁਝਾਨ ਹੈ ਤੁਸੀਂ ਕਹ ਰਹੇ ਹੋ ਕਿ ਸਾਡੇ ਘਰ ਦੇ ਆਸ-ਪਾਸ ਵੀ ਲੋਕ ਫਿਰਦੇ ਆ ਹਾਂ ਬਿਲਕੁਲ ਕਿ ਮੈਂ ਜ਼ਿੰਮੇਵਾਰ ਨਾ ਕਰਾਂ ਹਮਨ ਤੋਂ ਮੇਰੀ ਵਾਈਫ ਨੇ ਸਿਕੰਡੀ ਤੁਸੀਂ ਇੰਟਰਵਿਊ ਦੇ ਰਹੇ ਸੀ ਤਿੰਨ ਬੰਦੇ ਤਿਲਕਤਾਰੀ ਭਾਰੇ ਭਾਰੇ ਆਏ ਤੇ ਸਰਵੈਂਟ ਨਹੀਂ ਵਾਪਸ ਕਰਦੇ ਸੀ ਉਹ ਤਾਂ ਇੰਟਰਵਿਊ ਦੇ ਰਹੇ ਨੇ ਮੈਂ ਉਹਨਾਂ ਨੂੰ ਜਾਣਦਾ ਨਹੀਂ ਕਰਦਾ ਨਹੀਂ ਕੌਣ ਨੇ ਕੌਣ ਨਹੀਂ ਤੇ ਨਾ ਉਹਨਾਂ ਨੇ ਮੈਨੂੰ ਫੋਨ ਕਰਿਆ ਹਮ ਤਰ੍ਹਾਂ ਸੇ ਮੈਨੂੰ ਫੋਨ ਕਰਕੇ ਆਉਂਦਾ ਹੈਗਾ ਤੁਸੀਂ ਵੀ ਫੋਨ ਕਰਕੇ ਪੁੱਛਦੇ ਹੋ ਪਹਿਲਾਂ ਜੀ ਹੈ ਹਾਲਾਂਕਿ ਤੁਹਾਨੂੰ ਤਾਂ ਕੋਈ ਹੋ ਨਹੀਂ ਹੈ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਟ੍ਰੈਂਡ ਹੈ ਜਿਹੜਾ ਇਹ ਟ੍ਰੈਂਡ ਦੇਸ਼ ਨੂੰ ਬਚਾਉਣ ਵਾਲਾ ਨਹੀਂ ਦੇਸ਼ ਨੂੰ ਵੰਡਣ ਵਾਲਾ ਪਰ ਭਾਈ ਇੱਕ ਮਿੰਟ ਚ ਇਹ ਐਨਾਲਿਸਿਸ ਕਰ ਲਈਏ ਵੀ ਟ੍ਰੈਂਡ ਹੋਇਆ ਕਿਉਂ ਹਮ ਕਿੱਦ ਇਦੇ ਜਾਣ ਦੇ ਦੋ ਕਾਰਨ ਨੇ ਇੱਕ ਤਾਂ ਜਿਹੜਾ ਮੌਜੂਦਾ ਰਾਜ ਕਰਨ ਵਾਲੀ ਤੇਰੇ ਕੇਂਦਰ ਦੇ ਵਿੱਚ ਉਸ ਨੇ 1984 ਨੂੰ ਉਸ ਨੇ 2002 ਨੂੰ ਦੇਖ ਲਿਆ ਕਿ ਜੇ ਅਸੀਂ ਕਾਮਨ ਰਾਈਜ਼ ਪੋਲਰਾਈਜ਼ ਕਰ ਦਈਏ ਫਿਰਕੂਲੀਆ ਦੇ ਉੱਤੇ ਤਾਂ ਅਸੀਂ ਵੋਟਾਂ ਬਹੁਤ ਜ਼ਿਆਦਾ ਵਟੋੜ ਸਕਦੇ ਹਾਂ ਸੀਟਾਂ ਬਹੁਤ ਜ਼ਿਆਦਾ ਵਟੋੜ ਸਕਦੇ ਹਾਂ ਅਸੀਂ ਰਾਜ ਜਾ ਸਕਦੇ ਹਾਂ ਸੋ ਉਹਨਾਂ ਨੇ 1984 ਚ ਜੀਵ ਗਾਂਧੀ ਨੂੰ ਸਭ ਤੋਂ ਜ਼ਿਆਦਾ ਸੀਟਾਂ ਤੁਹਾਨੂੰ ਪਤਾ ਹੀ ਹੈ ਪਾਰਲੀਮੈਂਟ ਦੇ ਵਿੱਚ ਬਿਲੀਆਂ ਫੇਰ ਬਾਬਰੀ ਮਸਜਿਦ ਢਾ ਕੇ ਜਿੰਨਾਂ ਦੇ ਇਹਨਾਂ ਦੇ ਦੋਸਤ ਬੰਦੇ ਹੁੰਦੇ ਸੀ 1981 ਦੀ ਪਾਰਲੀਮੈਂਟ ਦੇ ਵਿੱਚ ਬਿਲੇਤੀ ਦੇ ਸਿਰਫ ਦੋ ਮੈਂਬਰ ਸੀਗੇ ਦੋ ਤੋਂ ਵੱਧ ਦੇ ਵੱਧੇ ਵੱਧੇ ਜਦੋਂ ਇਹ ਇਹਨਾਂ ਨੇ ਢਾ ਦਿੱਤੀ ਬਾਬਰੀ ਮਸਜਿਦ ਉਸ ਤੋਂ ਬਾਅਦ ਗਿਣਤੀ ਵੱਧਣੀ ਸ਼ੁਰੂ ਹੋ ਗਈ 96 ਤਫਜੀਲੀ ਬੜੀ ਸਰਕਾਰ ਹੀ ਬਣਾਈ ਥੋੜੀ ਜਿਹੀ ਛਾਇ ਛੋਟੀ ਮੋਟੀ ਜੋ ਵੀ ਆ ਫੇਰ ਉਸ ਤੋਂ ਬਾਅਦ 96 97 ਦਿਵਾ ਦੇ 13 ਦਿਨ 13 ਮਹੀਨੇ ਤੇ ਪਣੇ 5 ਸਾਲ ਦੀ 4.5 ਸਾਲ ਦੀ ਉਹ ਸਰਕਾਰ ਇਹਨਾਂ ਦੀ ਰਹੀ ਉਸ ਤੋਂ ਇਹਨਾਂ ਨੇ ਇੱਕ ਗੇਨ ਕਰ ਲਿਆ ਔਰ ਜਿੰਨੇ ਮੈਂ ਕਾਨੂੰਨ ਵਾਰ-ਵਾਰ ਦੇਖਦਾ ਇਹ ਨਾ ਨਾ ਸੀ ਜੀ ਜਾਂ ਹੋਰ ਜਿਹਦਾ ਜਿਹਦਾ ਤਿਆਜੇ ਬੈਂਕ ਪਾਉਣ ਕਰ ਰਹੇ ਨੇ ਬਹੁਤ ਕਾਨੂੰਨ ਉਦੋਂ ਵੀ ਬਦਲਨੇ ਸ਼ੁਰੂ ਕਰਦੇ ਸੀ ਇਹ ਨਾਲ ਸੋ ਅੱਜ ਕੀ ਕਰ ਰਹੇ ਨੇ ਇਹ ਇਹ ਅੱਜ ਦੇਸ਼ ਨੂੰ ਕਿਉਂਕਿ ਅੰਗਰੇਜ਼ਾਂ ਦੇ ਨਾਲ ਲੜੇ ਹੋਏ ਸੀ ਉਦੋਂ ਵੀ ਅੱਜ ਵੀ ਲੜੇ ਹੋਏ ਨੇ ਇਹ ਵਯੂਟੀਓ ਨਾਲ ਤੇ ਦੇਸ਼ ਦੇ ਭਾਰਤ ਦੇਸ਼ ਦੇ ਸਰਮਾਇਯਦਾਰ ਕਾਰਪੋਰੇਟ ਨਾਲ ਇੰਨੇ ਜ਼ਿਆਦਾ ਇਕਮਿਕ ਨੇ ਕਿ ਪੂਰੇ ਦੇ ਪੂਰੇ ਜਿਹੜੇ ਸਰਕਾਰੀ ਸਸੇ ਨੇ ਚਾਹੇ ਉਹ ਬੰਦਰਗਾਹ ਨੇ ਚਾਹੇ ਉਹ ਰੇਲਵੇ ਸਟੇਸ਼ਨ ਨੇ ਚਾਹੇ ਉਹ ਹਵਾਈ ਅੱਡੇ ਨੇ ਚਾਹੇ ਉਹ ਕਾਨਾ ਨੇ ਚਾਹੇ ਉਹ ਜੰਗਲ ਨੇ ਚਾਹੇ ਉਹ ਪਹਾੜ ਨੇ ਉਹ ਚਾਹੇ ਉਹ ਸਮੁੰਦਰ ਦੇ ਅੰਦਰ ਸਰੋਤ ਨੇ ਚਾਹੇ ਉਹ ਆਂਤਰੀਕਸ਼ ਸਰੋਤ ਉਹ ਤਾਂ ਵੇਚਦੇ ਹ ਹਮਮ ਲੋਕਾਂ ਦੇ ਜਿਹੜੇ ਇੰਡੀਵਿਜੂਅਲ ਸਰੋਤ ਨੇ ਉਹ ਵੀ ਉਹਨਾਂ ਨੂੰ ਵੇਚ ਰਹੇ ਨੇ ਜਿਹਦੇ ਵਿੱਚ ਕਿਸਾਨੀ ਬਿਰਾਂ ਦਾ ਮਾਮਲਾ ਉਸੇ ਵਿੱਚੋਂ ਨਿਕਲਿਆ ਹੋਇਆ ਜੀ ਇਹ ਕੁਝ ਹੋਣ ਦੇ ਬਾਵਜੂਦ ਸਭ ਨੂੰ ਪਤਾ ਹੈ ਕਿ ਦੇਸ਼ ਦੇ ਵਿੱਚ ਜਦ ਇਹੋ ਜਿਹਾ ਕੁਝ ਹੋਊਗਾ ਬੇਰਜ਼ਗਾਰੀ ਫੈਲੇਗੀ ਭੁੱਖਮਰੀ ਫੈਲੇਗੀ ਤਾਂ ਲੋਕ ਸਰਕਾਰ ਦੇ ਗਲ ਤੈਣਗੇ ਸਰਕਾਰ ਦੇ ਗਲ ਤੈਣੇ ਲੋਕਾਂ ਨੂੰ ਰੋਕਣ ਦਾ ਇੱਕ ਤਰੀਕਾ ਵੀ ਉਹਨਾਂ ਨੂੰ ਆਪਸ ਵਿੱਚ ਧਲਾ ਦਿਓ ਆਪਸ ਵਿੱਚ ਧ्रुਵੀਕਰਨ ਕਰਕੇ ਰੱਖੋ ਤੇ ਧ्रुਵੀ ਕਰਨ ਦੇ ਰਾਹੀ ਕਿਉਂਕਿ ਹਿੰਦੂਆਂ ਦੀ ਪਾਪੂਲੇਸ਼ਨ ਕਹਿੰਦੇ ਜ਼ਿਆਦਾ ਨੇ ਇਹਨਾਂ ਦਲਤਾਂ ਨੂੰ ਕਿੱਥੇ ਹਿੰਦੂ ਮੰਨਦੇ ਨੇ ਤੁਹਾਨੂੰ ਵੀ ਕੰਦੇ ਰਾਹੀਂ ਰਾਜ ਕਰੋ ਸੋ ਅੱਜ ਸਿਰਫ ਤੂੰ ਵੀ ਕਰਨ ਰਾਹੀਂ ਰਾਜ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਦ ਕਰਨ ਦੀ ਬਜਾਏ ਸਹੀ ਕਿਹਾ ਉਹਦੇ ਉੱਤੇ ਕੋਈ ਚਿੰਤਾ ਨਹੀਂ ਹੈ ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆਉਂਦਾ ਗੱਲ ਬੜਾ ਇੰਪੋਰਟੈਂਟ ਪੁਆਇੰਟ ਤੁਸੀਂ ਚੱਕਿਆ ਕਿ ਲੋਕਾਂ ਦੀ ਚਿੰਤਾ ਨਹੀਂ ਹੈਗੀ ਜਦੋਂ ਲੋਕਾਂ ਦੀ ਚਿੰਤਾ ਤੁਹਾਡੇ ਕੋਲ ਮੁੱਕ ਜਾਂਦੀ ਹੈ ਫਿਰ ਤੁਸੀਂ ਨਾਅਰੇ ਸਾਰਾ ਲੈਨੇ ਹੋ ਤੇ ਨਾਅਰੇ ਧਰਮ ਦੇ ਨਾਂ ਤੇ ਲਾਏ ਜਾ ਰਹੇ ਆ ਜੈ ਸ਼੍ਰੀ ਰਾਮ ਜੈ ਦੁਰਗਾ ਇਸ ਨੂੰ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਹੈਗਾ ਪਰ ਜਿਸ ਤਰੀਕੇ ਨਾਲ ਤੁਸੀਂ ਇਸ ਦੀ ਵਰਤੋਂ ਕਰ ਰਹੇ ਹੋ ਸਵਾਲ ਉਸੇ ਤੇ ਹੈ ਤੇ ਜੈ ਸ਼੍ਰੀ ਰਾਮ ਜੈ ਦੁਰਗਾ ਤੋਂ ਅਕ ਕਿ ਜਿਹੜਾ ਜੈਕਸਾਂ ਦਾ ਨਾਰਾ ਉਹ ਕਿੰਨਾ ਬਲੰਤ ਹੋਵੇਗਾ ਵਾਪਸ ਆ ਕੇ ਅਸੀਂ ਇਹ ਹੀ ਸਵਾਲ ਕਰ ਰਹੇ ਹਾਂ ਇੱਕ ਰੁਫੇ ਤੁਹਾਡਾ ਸੁਆਦ ਕਰਦੇ ਆ ਅੱਜ ਦਾ ਮੁੱਦਾ ਵਿੱਚ ਦੇਸ਼ ਵਿਦੇਸ਼ ਦੇ ਦਰਸ਼ਕ ਲਗਾਤਾਰ ਇਸ ਪ੍ਰੋਗਰਾਮ ਨੂੰ ਅ ਬੜਾ ਹੰਗਾਰਾ ਦਿੰਦੇ ਆ ਤੇ ਇਸ ਹੰਗਾਰੇ ਦੇ ਵਿਚਾਲੇ ਡਟ ਕਰਗ ਸਾਡਾ ਨਾਮ ਮਜੂਤ ਹੈ ਕਿ ਡਟ ਕਰਗ ਜੈ ਸ਼੍ਰੀ ਰਾਮ ਕਹ ਲੋ ਜੈ ਦੁਰਗਾ ਕਹ ਲੋ ਇਸ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾਗਾ ਪਰ ਜਦੋਂ ਜੈ ਕਿਸਾਨ ਉੱਥੇ ਕਿਹਾ ਜਾ ਰਿਹਾ ਮੇਰਾ ਸਵਾਲ ਬੜਾ ਸਿੱਧਾ ਡਟ ਕਰਗ ਇਹਨਾਂ ਵਿੱਚੋਂ ਕਿਹੜਾ ਨਾਰਾ ਨਤੀਜਾ ਲੈ ਕੇ ਆਊਗਾ ਸਰ ਦੇਖੋ ਗੱਲ ਇਹ ਹੈ ਵੀ ਨਤੀਜਾ ਤਾਂ ਕੋਈ ਜਿਹੜਾ ਇਹਨਾਂ ਨਾਰੇ ਨਾਲ ਜਾ ਕੇ ਸੰਦਾਨਾ ਨਾਰਾ ਮੇਰੇ ਹਿਸਾਬ ਨਾਲ ਜ਼ਿਆਦਾ ਨਤੀਜਾ ਲੈ ਕੇ ਆਏਗਾ ਕਿਉਂਕਿ ਨਵਾਂ ਉਹਦੇ ਚਾਇਡ ਹੋਇਆ ਬੰਗਾਲ ਚ ਜਾ ਕੇ ਉਸ ਦੇ ਨਾਲ ਮਾਸ ਲੈਵਲ ਤੇ ਇਹ ਦੋ ਨਾਲ ਸਾਬਕਾ ਪਹਿਨੇ ਚਲਾ ਰਹੇ ਸੀ ਇਹ ਇਹ ਹੁਣ ਮਾਸ ਲੈਵਲ ਤੇ ਜ਼ਿਆਦਾ ਇਥੋਂ ਦੇ ਕਿਸਾਨੀ ਡਿਡਰਸ਼ਿਪ ਗਈ ਹੈ ਔਰ ਕਿਸਾਨੀ ਡਿਡਰਸ਼ਿਪ ਕਰਦੀ ਪੰਜਾਬ ਦੀ ਨਹੀਂ ਗਈ ਯੂਪੀ ਦੀ ਗਈ ਹੈ ਹਰਿਆਣਾ ਦੀ ਗਈ ਹੈ ਇਹ ਜਿਹੜੀ ਕਿਸਾਨੀ ਲੀਡਰਸ਼ਿਪ ਦਾ ਉੱਥੇ ਜਾ ਕੇ ਇਹ ਪ੍ਰਚਾਰ ਕਰਨਾ ਹੈ ਕਿ ਤੁਸੀਂ ਭਾਜਪਾ ਨੂੰ ਵੋਟ ਨਾ ਪਾਓ ਹੋਰ ਜਿਹਨੂੰ ਮਰਜ਼ੀ ਪਾ ਦਿਓ ਤਿੰਨ ਤਿਰਣਾ ਉੱਥੇ ਮੁਖ ਰੂਪ ਦੇ ਵਿੱਚ ਆਪਾਂ ਦੇਖੀਏ ਜੀ ਤੇ ਉਹ ਇਹ ਨਹੀਂ ਕਹਿ ਰਹੇ ਕਿ ਤੁਸੀਂ ਡੈਫਟੋਰ ਕਾਂਗਰਸ ਨੂੰ ਪਾਓ ਜਾਂ ਤੁਸੀਂ ਤਿਰਣਾ ਮੂਲ ਕਾਂਗਰਸ ਨੂੰ ਪਾਓ ਜਾਂ ਕਿਸੇ ਆਜ਼ਾਦ ਨੂੰ ਪਾਓ ਕਹਿੰਦੇ ਜਿਹਨੂੰ ਮਰਜ਼ੀ ਪਾਓ ਪਰ ਤੁਸੀਂ ਭਾਜਪਾ ਨੂੰ ਵੋਟ ਨਾ ਪਾਓ ਉਹ ਇੱਕੋ ਦਾ ਵੱਡਾ ਤਰਕ ਹੈ ਉਹਨਾਂ ਦਾ ਔਰ ਮੈਨੂੰ ਲੱਗਦਾ ਵੀ ਮੈਂ ਉਹਨਾਂ ਨਾਲ ਸਹਿਮਤ ਵੀ ਹਾਂ ਇਸ ਤਰਕ ਨਾਲ ਕਿ ਅਸੀਂ ਕਿਸੇ ਦੀ ਸਰਕਾਰ ਬਣਾਉਣੀ ਚਾਹਦੇ ਅਸੀਂ ਉਹਨਾਂ ਲੋਕਾਂ ਨੂੰ ਕਹਿੰਦੇ ਆਂ ਵੀ ਤਾਕਤ ਵਿੱਚ ਨਾ ਲਿਆਓ ਜਿਹੜੇ ਦੇਸ਼ ਨੂੰ ਤੋੜ ਰਹੇ ਨੇ ਜਿਹੜੇ ਕਿਸਾਨੀ ਨੂੰ ਤੋੜ ਰਹੇ ਨੇ ਜਿਹੜੇ ਲੋਕਾਂ ਦੀ ਰੋਜੀ ਰੋਟੀ ਖੋ ਰਹੇ ਨੇ ਜਿਹੜੇ ਲੋਕਾਂ ਦਾ ਭੋਜਨ ਖੋ ਰਹੇ ਨੇ ਜਿਹੜੇ ਲੋਕਾਂ ਨੂੰ ਕਦੇ ਖਾਲਿਸਤਾਨੀ ਕਦੇ ਆਰਥਵਾਦੀ ਕਦੇ ਡ੍ਰੈਫਟ ਹੁਣ ਤਾਂ ਡ੍ਰੈਫਟ ਵੀ ਕਹਿਣ ਲੱਗੇ ਕਹਿੰਦੇ ਜੇ ਖੱਬੇ ਪੱਖੀ ਨੇ ਜਿਵੇਂ ਖੱਬੇ ਪੱਖੀ ਬੜੇ ਗੁਨਾਹਗਾਰ ਹੁੰਦੇ ਨੇ ਜਿਨ੍ਹਾਂ ਨੇ ਪੂਰੇ ਦੇਸ਼ ਦੀ ਆਜ਼ਾਦੀ ਚਾੜ੍ਹੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਇਹ ਅਰਬਨ ਨਕਸਲਾਈਟ ਨੇ ਸੋ ਇਹ ਕਹਿ ਕਹਿ ਕੇ ਪਹਿਲਾਂ ਇਹਨਾਂ ਨੂੰ ਮੁਸਲਮਾਨਾਂ ਵਾਲਾ ਕਾਰਡ ਹੁੰਦਾ ਸੀ ਉਹਨੂੰ ਬੰਗਾਲ ਚ ਉਹ ਕਾਰਡ ਵੀ ਵਰਤ ਰਹੇ ਨੇ ਅਸਾਮ ਚ ਵੀ ਵਰਤਣ ਗਏ ਸੋ ਇਹਨਾਂ ਨੇ 3 ਦਾਮ ਦਾੰਡ ਭੇਦ ਵਾਲੀ ਨੀਤੀ ਵਰਤ ਕੇ ਲੋਕਾਂ ਨੂੰ ਪੂਰੀ ਤਰ੍ਹਾਂ ਕਮਨਲਾਈਜ਼ ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਕੋਸ਼ਿਸ਼ ਦੇ ਵਿੱਚ ਇਹਨਾਂ ਦੀ ਅੱਖ ਜਿਹੜੀ ਆ ਬੰਗਾਲ ਦੇ ਉੱਤੇ ਇਸ ਤਰੀਕੇ ਕਰਕੇ ਆਇਆ ਕਿ ਵੀ ਅਸੀਂ ਪੰਜਾਬ ਵਰ ਬੰਗਾਲ ਤੇ ਹੀ ਪੰਜਾਬ ਜਿੱਥੋਂ ਲੱਗਦਾ ਵੀ ਸਾਡਾ ਜੇ ਕੁਝ ਸ਼ਾਇਦ ਨਾ ਬਣੇ ਹਰਿਆਣਾ ਲੜਿਆ ਯੂਪੀ ਲੜੀ ਉੱਤਰਾਖੰਡ ਲੜਿਆ ਬਿਹਾਰ ਲੜਿਆ ਆਪਾਂ ਜੇ ਦੇਖੀਏ ਚਾਰਖੰਡ ਚ ਨਹੀਂ ਬਣੀ ਇਹਨਾਂ ਦੀ ਗੱਲ ਵੱਖਰੀ ਗੱਲ ਹੈ ਜੇ ਤੇ ਫਿਰ ਬੰਗਾਲ ਇਹ ਇਹ ਸਾਰੇ ਖਿੱਤੇ ਨੂੰ ਜੋੜ ਰਹੇ ਨੇ ਆਪਦੇ ਨਾਲ ਉੜੀਸਾ ਆਲਰੇਡੀ ਇਹ ਨਾਲ ਹੀ ਆ ਪ੍ਰੈਕਟੀਕਲੀ ਉਧਰੋਂ ਸਾਮ ਹੋ ਗਿਆ ਇਹ ਕਹਿੰਦੇ ਨੇ ਅਸੀਂ ਇਹ ਦਿਖਾਉਣ ਆਇਆ ਸੀ ਪੈਨ ਇੰਡੀਆ ਨੂੰ ਬਣ ਗਏ ਤੇ ਜਿੱਦਾਂ ਅਸੀਂ ਇਹ ਇੱਕ ਦੋ ਸਟੇਟਾਂ ਜਿੰਨੀਆਂ ਇੱਕ ਅੱਧੀ ਸਾਊਥ ਦੀ ਹੋਰ ਆ ਜੇ ਤਾ ਇਹ ਕਨਸਟੀਟਿਊਸ਼ਨ ਨੂੰ ਟੋਟਲ ਨੂੰ ਬਦਲਣਾ ਚਾਹੁੰਦੇ ਨੇ ਲੋਕਾਂ ਦੀ ਕੋਈ ਮਿਸਪਲੇਸਡ ਗੱਲ ਨਹੀਂ ਹੈ ਇਹ ਲੋਕਾਂ ਦਾ ਸੱਚੀ ਮੁੱਚੀ ਦਾ ਖਦਸ਼ਾ ਹੈ ਯਾਰ ਉਹਦੀਆਂ ਕੋਸ਼ਿਸ਼ਾਂ ਇਹਨਾਂ ਨੇ ਹਰ ਸ਼ਬਦ ਨੂੰ ਹਰ ਸਿੰਬਲ ਨੂੰ ਸਿੰਬਲ ਲੋਕ ਠੀਕ ਹੈ ਤੁਸੀਂ ਸਿੰਬਲ ਹੁੰਦੇ ਨੇ ਲੋਕਾਂ ਨੂੰ ਸੈਂਟੀਮੈਂਟਰੀ ਮੂਵ ਕਰਨ ਦੇ ਪਰ ਕਦੇ ਸੈਂਟੀਮੈਂਟ ਨਾਲ ਤੁਸੀਂ ਰਾਜ ਨਹੀਂ ਕਰ ਸਕਦੇ ਸੈਂਟੀਮੈਂਟ ਨਾਲ ਤੁਸੀਂ ਲੋਕਾਂ ਨੂੰ ਟਿਕਾ ਨਹੀਂ ਸਕਦੇ ਇਹ ਸਭ ਸਿੰਬਲ ਠੰਡੇ ਜਿਹੀ ਬੇਇੱਜ਼ਤੀ ਕਰਤੀ ਜੀ ਫਲਾਣਾ ਜੀ ਇਹ ਫੀਅਰ ਸਾਈਕੋਸਿਸ ਨਾਲ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਕਰਦੇ ਬੀ ਤੁਸੀਂ ਮਾਰੇ ਜਾਓਗੇ ਤੁਸੀਂ ਨਹੀਂ ਬਚਣਾ ਜੇ ਅਸੀਂ ਨਾ ਹੋਏ ਅਸੀਂ ਤੁਹਾਡੇ ਰੱਖਿਆ ਉਹ ਕਹਿੰਦਾ ਬਾਬਾ ਕੁਝ ਨਾ ਮੇਰੇ ਚਾਹੇ ਬਸ ਜਾਨ ਬਚ ਜੇ ਡਟ ਕਰ ਡਟ ਕਰ ਇੱਕ ਇੱਕ ਮੈਂ ਨਾ ਇਹ ਸਵਾਲ ਹੈ ਇਹ ਔਰਤਾਂ ਵਾਸਤੇ ਬਹੁਤ ਯੋਜਨਾਵਾਂ ਲਿਆਂਦੀ ਹੈ ਸਰਕਾਰ ਕਿ ਔਰਤ ਇਸ ਨੂੰ ਅੱਗੇ ਵਧਾਉਣਾ ਹੈ ਸਰ ਸਵਾਲ ਇਹ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਹੈ ਮਮਤਾ ਬੇਨਰਜੀ ਇੱਕ ਮਹਿਲਾ ਦੇ ਰੂਪ ਵਿੱਚ ਲੜਾਈ ਲੜਦੀ ਪਈ ਹੈ ਇੱਕ ਇਸ ਤੋਂ ਪਹਿਲਾਂ ਸੀ ਪੁੱਡੂ ਚਿਰੀ ਦੇ ਵਿੱਚ ਜਿੰਦਾ ਅਸੀਂ ਜ਼ਿਕਰ ਨਹੀਂ ਕਰਦੇ ਪਏ ਐਲਜੀ ਸੀ ਕਿਰਨ ਬੇਦੀ ਠੀਕ ਹੈ ਮੈਂ ਮਹਿਲਾ ਦੇ ਤੌਰ ਤੇ ਗੱਲ ਕਰ ਰਿਹਾ ਸਰ ਮੈਂ ਬੀਜੇਪੀ ਦੇ ਤੌਰ ਤੇ ਨਹੀਂ ਗੱਲ ਕਰ ਰਿਹਾ ਮੈਂ ਨਾ ਟੀਐਮਸੀ ਦੇ ਤੌਰ ਤੇ ਗੱਲ ਕਰਦਾ ਪਿਆ ਇਹ ਦੋ ਮਹਿਲਾਵਾਂ ਇਨ੍ਹਾਂ ਚੋਣਾਂ ਦੇ ਵਿਚਾਲੇ ਨਿਸ਼ਾਨੇ ਤੇ ਐ ਡਟ ਕਿਰਨ ਬੇਦੀ ਨੂੰ ਉਹਨਾਂ ਦੇ ਅਹੁਦੇ ਤੋਂ ਲਾਇਆ ਗਿਆ ਕਿਵੇਂ ਲਾਇਆ ਗਿਆ ਕਿਹੜੀਆਂ ਸਥਿਤੀਆਂ ਲਾਇਆ ਗਿਆ ਤੁਸੀਂ ਬਿਹਤਰ ਜਾਣਦੇ ਹੋ ਡਟ ਕਰ ਮਮਤਾ ਬੇਨਰਜੀ ਦੀ ਵਰਗੀ ਕੋਈ ਹੋਰ ਮਹਿਲਾ ਮੈਨੂੰ ਨਹੀਂ ਲੱਗਦਾ ਕੋਈ ਦੇਸ਼ ਦੇ ਵਿੱਚ ਮੁੱਖ ਮੰਤਰੀ ਦੇ ਤੌਰ ਤੇ ਉੱਭਰੀ ਹੋਵੇਗੀ ਡਟ ਕਰ ਸਰੇ ਮਹਿਲਾ ਵਿਰੋਧੀ ਮਹਿਲਾ ਵਿਰੋਧੀ ਇਸ ਨੂੰ ਮੰਨਿਆ ਜਾ ਸਕਦਾ ਹੈ ਸਿਆਸਤ ਨੂੰ ਜਾਂ ਨਹੀਂ ਮੰਨਿਆ ਜਾ ਸਕਦਾ ਜੇ ਕੋ ਅਸੀਂ ਦੋ ਵਿਅਕਤੀਆਂ ਦੇ ਉੱਤੇ ਇਹਨੂੰ ਮਹਿਲਾ ਵਿਰੋਧੀ ਨਹੀਂ ਮੈਂ ਸੱਚੀ ਗੱਲ ਕਹਿਣ ਨੂੰ ਚਾਹ ਰਿਹਾ ਇਹ ਵੈਸੀ ਮਾਨਸਿਕਤਾ ਹੀ ਇਹਨਾਂ ਦੀ ਮਹਿਲਾ ਵਿਰੋਧੀ ਹੈ ਮਾਨਸਿਕਤਾ ਦੇ ਵਿੱਚ ਇਹਨਾਂ ਦੀ ਜ ਟੋਟਲ ਮਾਨਸਿਕਤਾ ਜਿਹੜੀ ਔਰਤ ਦੇ ਖਿਲਾਫ ਹੈ ਚਾਹੇ ਰੋਜ਼ ਰੇਪ ਹੁੰਦੇ ਨੇ ਚਾਹੇ ਕੁਝ ਹੁੰਦਾ ਤੇ ਉਹਦੇ ਵਿੱਚ ਇਹਨਾਂ ਨੇ ਜੁਟੀ ਸਰਕਾਰ ਦੇ ਛੱਡੋ ਮਾਦਰ ਚ 4 ਸਾਲ ਦੀ ਕੁੜੀ ਦਾ ਰੇਪ ਹੋਇਆ ਸੀ ਜਿਹੜੇ ਬੱਚੇ ਉੱਥੇ ਪ੍ਰੋਟੈਸਟ ਕਰ ਰਹੇ ਸੀ ਉਹਦੇ ਅਗੇਂਸਟ ਉਹਨਾਂ ਨੇ ਜਾ ਕੇ ਕੇਸ ਬੜਾਏ ਨੇ ਇੰਦਰਲੀ ਅੰਦਰੀਆ ساری ਡਿਊਟੀ ਤੇ ਇਸੇ ਤਰ੍ਹਾਂ ਹੀ ਇਹਨਾਂ ਨੇ ਪਹਿਲਾਂ ਵੀ ਜਿੱਥੇ ਕੋਈ ਜੇ ਕੋਈ ਨੇ ਹੋਰ ਹੋਰ ਨੇ ਉੱਤੇ ਕਹਿੰਦੇ ਇਹ ਤਾਂ ਕੁੜੀਆਂ ਕੱਪੜੇ ਬੜੇ ਢਕੀਡੇ ਪਾਉਂਦੀਆਂ ਨੇ ਇਹਨਾਂ ਨੂੰ ਰਾਤ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਰੇਪਿਸਟਾਂ ਦੇ ਗੱਲ 'ਚ ਹਾਰ ਪਾਉਂਦੇ ਨੇ ਰੇਪਿਸਟਾਂ ਦਾ ਉਹ ਕਹਿੰਦੇ ਰੇਪਿਸਟ ਜਦ ਪ੍ਰੌਣ ਵਜ੍ਹਾ ਤੇ ਆ ਜਾਂਦਾ ਹੈ ਜਾਂ ਜਵੰਦ ਕਰਾ ਕੇ ਆ ਜਾਂਦਾ ਉਹ ਉਹਨਾਂ ਦੇ ਦੋ ਘਟਨਾਵਾਂ ਹੋ ਚੁੱਕੀਆਂ ਕਿ ਜਿਹੜੀ ਵਿਕਟਮ ਕੁੜੀ ਆ ਉਹਦੇ ਬਾਪ ਨੂੰ ਵੀ ਮਾਰਤਾ ਆ ਕਿ ਉਸਨੇ ਉਸੇ ਬੰਦੇ ਨੇ ਜਿਹਨੇ ਰੇਤ ਕਰਿਆ ਤੇ ਇਹਨਾਂ ਦੇ ਆਪ ਦੇ ਜਿਹੜੇ ਸਿਆਸਤਦਾਨ ਨੇ ਪੋਲਿਟੀਸ਼ੀਅਨ ਨੇ ਐਮਐਲਏ ਨੇ ਉਹ ਇਹਨਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਇਹਨਾਂ ਦਾ ਡਬਲ ਸਪੀਕਰ ਇੱਕ ਪਾਸੇ ਜੋ ਤੁਸੀਂ ਕਿਹਾ ਸਹੀ ਕਿਹਾ ਵੀ ਇੱਕ ਪਾਸੇ ਕਹਿੰਦੇ ਨੇ ਬੇਟੀ ਬਚਾਓ ਬੇਟੀ ਪੜਾਓ ਬੇਟੀ ਬਚਾਓ ਅਭਿਆਨ ਦੇ ਵਿੱਚ ਇਹ ਸਾਰੀ ਕਰਨੀ ਕਹਿਣੀ ਤੇ ਕਤਨੀ ਚ ਇੰਨਾ ਫਰਕ ਆ ਇੱਕ ਜਗ੍ਹਾ ਤੇ ਮੈਂ ਪ੍ਰਾਈਮ ਮਿਨਿਸਟਰ ਨੂੰ ਲਿਖਿਆ ਸੀ ਵੀ ਤੁਸੀਂ ਆ ਨਾਰਾ ਨਾ ਜਿਹੜਾ 2 ਸਾਲ ਦੀ ਗੱਲ ਆ ਵੇ ਨਾਰਾ ਜਿਹੜਾ ਬੇਟੀ ਬਚਾਓ ਬੇਟੀ ਪੜ੍ਹਾਓ ਛੱਡ ਕੇ ਤੁਸੀਂ ਦੇਖੋ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਆਪ ਮਰ ਜਾਓ ਇਹ ਜੇ ਮੈਨੂੰ ਲਿਖਣਾ ਪਿਆ ਉਹ ਕੋਈ ਖਾਸਾ ਹੀ ਜਗੜ ਹੋਈ ਹੋਣੀ ਹੈ ਨਾ ਜੀ ਸੋ ਜਿਹੜੇ ਬੰਦੇ ਆਰਤਾਂ ਦੇ ਬਾਰੇ ਪੂਰਾ ਇਹਨਾਂ ਦੀ ਇੱਜ਼ਤ ਨਹੀਂ ਇਹ ਗੱਲ ਠੀਕ ਹੈ ਕਿ ਮਮਤਾ ਬੈਨਰਜੀ ਬਹੁਤ ਤਕੜੇ ਉਸ ਨਾਲ ਕੰਮ ਕਰਦੀ ਜਮੈਂ ਕਿਨਵੇਦੀ ਨੂੰ ਉਹਨਾਂ ਨਹੀਂ ਲੈਂਦਾ ਕਿਨਵੇਦੀ ਬੜੀ ਤਕੜੀ ਹੈ ਇਹਦੇ ਪ੍ਰਸ਼ਾਸਨਿਕ ਅਧਿਕਾਰੀ ਪਰ ਇਹ ਜੇ ਸਿਆਸਤਦਾਨ ਉਹ ਬੜੀ ਹਿਲਦੀ ਰਹੀ ਆ ਇੱਧਰ ਉੱਧਰ ਕਦੇ ਯੂਪੀ ਦੇ ਵਿੱਚ ਕੋ ਦਿੱਲੀ ਦੇ ਵਿੱਚੋਂ ਸੀਐਮ ਦੀ ਚੋਣ ਲੜਦੀ ਕੈਂਡੀਡੇਟ ਬਣਦੀ ਆ ਬੀਜੇਪੀ ਦੇ ਵਹਾਫ ਤੇ ਫਿਰ ਲੈਫਟੀਨੈਂਟ ਗਵਰਨਰ ਬਣ ਜਾਂਦੀ ਆ ਅੰਨਾ ਹਜਾਰ ਜੀ ਮੂਵਮੈਂਟ ਜਿੱਦਾਂ ਵੀ ਹੋ ਸਕ ਜੋ ਰੋਡ ਸੀ ਪਰ ਉਹ ਬਹੁਤ ਹੀ ਅੱਛੀ ਅਫਸਰ ਰਹੀ ਆ ਬਹੁਤ ਕਾਬਲ ਐਡਮਿਨਿਸਟਰेटर ਹੈ ਜੇ ਕਿਤੇ ਉਹ ਆਪਦੇ ਉਸਿਤਨੀ ਸੋਸ਼ਲ ਕੰਮ ਚ ਹੋਰ ਚ ਲੱਗੀ ਰਹਿੰਦੀ ਤਾਂ ਸਮਾਜ ਦੀ ਜ਼ਿਆਦਾ ਸੇਵਾ ਕਰਦੀ ਪਰ ਚੰਨਾ ਮੂਲ ਕਾਂਗਰਸ ਦੀ ਜਿਹੜੀ ਮਮਤਾ ਬੇਨਰ ਜੀ ਆਇਆ ਮੈਂ ਉਹਨੂੰ ਇਕੱਲੀ ਆਰਥ ਦੇ ਤੌਰ ਤੇ ਨਹੀਂ ਆਰਥ ਦੇ ਤੌਰ ਤੇ ਤਾਂ ਸ਼ੇਰ ਨਹੀਂ ਹੈ ਹੀ ਹੈ ਪਰ ਮੈਂ ਇਹ ਵੀ ਕਹਿਣਾ ਇੱਕ ਇੱਕ ਮੁੱਖ ਮੰਤਰੀ ਮੈਨੂੰ ਐਸੀ ਲੱਗੀ ਹੈ ਉਸ ਸਟੇਟ ਦੀ ਜਿਹੜੀ ਬੜੀ ਸਟੇਟ ਦਾ ਹਾਲ ਦਰ ਸਾਰਿਆਂ ਦਾ ਹੀ ਹਾਲ ਮਾਰਾ ਹੈ ਕਿਉਂਕਿ ਨਾ ਉਹ ਦੇਣ ਉਹਨਾਂ ਦਾ ਪੈਸਾ ਨਾ ਕੁਝ ਹੋਰ ਇਹਦੇ باوجود ਬਹੁਤ ਜ਼ਿਆਦਾ ਸਮੱਸਿਆਵਾਂ ਦੇ ਵਿੱਚ ਘिरी ਹੋਣ ਦੇ باوجود ਉਹਨੇ ਅੱਜ ਤੱਕ ਕੰਪਰੋਮਾਈਜ਼ ਨਹੀਂ ਕਰਿਆ ਇਹਨਾਂ ਨਾਲ ਉਹ ਡਟ ਕੇ ਲੜਦੀ ਰਹੀ ਹੈ ਕਿ ਕੀ ਕਰਨਾ ਕੀ ਨਹੀਂ ਪਾਵੇਂ ਕਰਦੀ ਸੀ ਇਹ ਬਹੁਤ ਬਾਦਰੀ ਗੱਲ ਹੈ ਇਹਦੇ ਵਿੱਚੋਂ ਜੋ ਕੋਈ ਸੋਚੇ ਵੀ ਹੋ ਸਕਦਾ ਮਾਨਸਿਕ ਤੌਰ ਤੇ ਇਹਨਾਂ ਦਾ ਜਿਹੜਾ ਪਾਰਟ ਹੈ ਦੀ ਔਰਤਾਂ ਅੱਗੇ ਕਿਵੇਂ ਆ ਗਈਆਂ ਉਹ ਵੀ ਹੋਵੇ ਇਹਨਾਂ ਨੇ ਆਪਦੇ ਜਿਵੇਂ ਓਮਾ ਭਾਰਤੀ ਜੀ ਨੂੰ ਸ਼ੁਸ਼ਮਾ ਸਪਰਾਦ ਜੀ ਨੂੰ ਵੀਜੇ ਰਾਜੇ ਸਿੰਧિયા ਜੀ ਨੂੰ ਹੈਂ ਜੀ ਬਸੁੰਦਰਾ ਨੂੰ ਇਹ ਇਹਨਾਂ ਸਾਰਿਆਂ ਨੂੰ ਆਪਾਂ ਦੇਖਦੇ ਹਾਂ ਜੇ ਉਸ ਸੰਦਰਭ ਵਿੱਚ ਜੇ ਮੈਂ ਦੇਖਾਂ ਤਾਂ ਮੈਨੂੰ ਥੋੜਾ ਜਿਹਾ ਕਦੇ-ਕਦੇ ਸ਼ੱਕ ਹੋ ਵੀ ਜਾਂਦਾ ਵੀ ਵਾਕਈ ਇੰਨੀ ਜੋ ਮਾਨਸਿਕ ਜਿਹੜੀ ਇਸੇ ਤਰ੍ਹਾਂ ਡਿਪੀਕਟ ਹੋ ਰਹੀ ਹੈ ਡੱਟਕਰ ਗਾ ਮੇਰਾ ਇਹਨਾਂ ਦੋਨਾਂ ਨਾਲ ਇੱਕ ਇੱਕ ਸਵਾਲ ਹੋ ਰਿਹਾ ਅ ਡੱਟਕਰਨਬੇਦੀ ਉੱਥੇ ਐਲਜੀਸੀ ਤੇ ਉਹਨਾਂ ਦਾ ਮੁੱਖ ਮੰਤਰੀ ਨਾਲ ਸਿੱਧਾ ਟਕਰਾਅ ਰਿਹਾ ਉੱਥੇ ਇਸ ਤੋਂ ਇਲਾਵਾ ਇਹਨਾਂ ਦੇ ਪੋਲੀਟਿਕਲ ਇੰਟਰਸਟ ਵੀ ਸੀ ਪਾਰਟੀਆਂ ਦੇ ਕਿ ਡੱਟਕਰਨਬੇਦੀ ਨੂੰ ਉੱਥੋਂ ਲਾਇਆ ਕਿਵੇਂ ਜਾਵੇ ਐਵੇਂ ਮਮਤਾ ਬੇਨਰਜੀ ਜੀ ਦੀ ਉਹ ਸਵਾਲ ਚੁੱਕਦੇ ਆ ਕਿ ਮਮਤਾ ਬੇਨਰਜੀ ਦੇ ਰਾਜ ਵਿੱਚ ਬੀਜੇਪੀ ਦੇ ਖਿਲਾਫ ਜਾਂ ਬੀਜੇਪੀ ਦੇ ਕਾਰਕੁਨਾਂ ਜਿਹੜੇ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਹਿੰਸਾਤਮਕ ਉਥੇ ਸਾਰਾ ਲੈਂਡ ਆਰਡਰ ਦਾ ਮਸਲਾ ਖੜਾ ਕੀਤਾ ਗਿਆ ਡਾਕਟਰ ਇਹ ਇਸ ਸੰਦਰਭ ਵਿੱਚ ਮੈਂ ਜਾਣਾ ਚਾਹੁੰਦਾ ਡਾਕਟਰ ਕਿਰਨ ਵੈਦੀ ਦਾ ਰੋਲ ਕੀ ਹੈ ਤੇ ਮੰਮਤਾ ਬੈਨਰਜੀ ਦਾ ਰੋਲ ਕੀ ਹੈ ਦੇਖੋ ਜਿਤੁਤ ਨੂੰ ਸਵਾਲ ਹੈ ਕਿ ਕਿਰਨ ਵੈਦੀ ਨੂੰ ਇਹਨਾਂ ਨੇ ਉਥੇ ਭੇਜਿਆ ਇਸ ਵਾਸਤੇ ਸੀ ਉਹ ਕਰਦੀ ਵੀ ਰਹੀ ਹੈ ਦਖਨ ਦਾ ਜੀ ਕਿ ਤੁਸੀਂ ਇਹ ਸਰਕਾਰ ਨੂੰ ਤੁਰਨਾ ਕਿਉਂਕਿ ਕਿਰਨ ਵੇਦੀ ਦੇ ਖਡਾਫ ਉੱਥੋਂ ਦੀ ਜਿਹੜੀ ਪੁਲੀਚਰੀ ਸਰਕਾਰ ਸੀ ਜਿਹੜੇ ਮੁੱਖ ਮੰਤਰੀ ਸੀਗੇ ਉਹ ਉਹ ਲੈਫਟੀਨੈਂਟ ਗਵਰਨਰ ਦੇ ਉਲਟ ਬੜਾ ਕੁਝ ਕਹਿੰਦੇ ਰਹੇ ਵੀ ਇਹਦਾ ਮਤਲਬ ਆਪ ਦਰਬਾਰ ਲਾੰਦੀ ਹੈ ਆਪ ਪੈਰਲ ਕਰਦੀ ਹੈ ਔਰ ਇੱਕ ਪੋਸਿਬਿਲਟੀ ਇਹ ਵੀ ਸੀ ਇਹਨਾਂ ਦੇ ਕਿ ਕਿਰਨ ਵੇਦੀ ਆਪ ਹੀ ਆਊਟ ਆਫ ਪ੍ਰੋਪੋਰਸ਼ਨ ਨਾ ਹੋ ਜੇ ਜਿੱਦਾਂ ਦੇ ਉਹ ਕੰਮ ਕਰਨ ਲੱਗੀ ਸੀ ਕਿਉਂਕਿ ਕਿਰਨ ਵੇਦੀ ਆਏ ਤਾਂ ਹੈ ਨਹੀਂ ਵੀ ਬਹੁਤੀ ਇਹਨਾਂ ਦੇ ਥੱਲੇ ਲੱਗਣਾ ਸੀ ਉਹਨੇ ਤੇ ਇਹਨਾਂ ਨੂੰ ਡਰ ਸੀਗਾ ਇਸ ਕਰਕੇ ਉਹਨੂੰ ਹਟਾ ਕੇ ਤੇ ਬਾਅਦ ਚ ਉਹ ਥੋੜੀ ਦੇਰੀ ਇਹਨਾਂ ਨੇ ਨਾਲ ਦੀ ਨਾਲ ਹੀ ਸਰਕਾਰ ਤੋੜਤੀ ਜੇ ਗਵਰਨਰ ਦਾ ਰੂਲ ਕਿਨ ਦੇ ਜੀ ਦਾ ਹੁੰਦਾ ਫਿਰ ਇਹਨਾਂ ਨੂੰ ਡਰ ਸੀਗਾ ਕਿ ਗਵਰਨਰ ਰੂਲ ਦੇ ਵਿੱਚ ਡੈਕਟੇਟ ਨਹੀਂ ਕਰਨ ਰੋਤੇ ਹੋ ਕੇ ਤੇ ਕੁਝ ਹੋਰ ਨਾ ਕਰੇ ਪਰ ਜਿੱਥੇ ਤੱਕ ਮੰਮਤਾ ਬੈਨਰਜੀ ਦਾ ਸਵਾਲ ਹੈ ਉਹਦੇ ਵਿੱਚ ਮੈਂ ਇੱਕ ਗੱਲ ਇਹ ਕਹਿਣ ਦੀ ਕੋਸ਼ਿਸ਼ ਕਰਾਂਗਾ ਜੋ ਸਾਹਮਣੇ ਸੱਚ ਹੈ ਜੋ ਸਾਨੂੰ ਦਿਖਦਾ ਹੈ ਬੀਜੇਪੀ ਨੂੰ ਸਮਝਣ ਦੀ ਢੋੜ ਹੈ ਜਿੰਨਾ ਚਿਰ ਸੀ ਬੀਜੇਪੀ ਨੂੰ ਨਹੀਂ ਸਮਝਦੇ ਉਹਨਾਂ ਚਿਰ ਸੀ ਬਾਕੀ ਨਾਲ ਇਸ ਬਾਕੀ ਬਿਸੀਲੇਸ਼ਨ ਸ਼ਾਇਦ ਉਹਨਾਂ ਠੀਕ ਨਾ ਕਰ ਪਾਈਏ ਬੀਜੇਪੀ ਦੇ ਕੋਲੇ ਕੋਈ ਵੀ ਦੀਨ ਅਮਾਨ ਵਾਲੀ ਗੱਲ ਹੈ ਨਹੀਂ ਇਹਦਾ ਕੋਈ ਵੀ ਬੰਦਾ ਕੁਝ ਵੀ ਕਹਿ ਸਕਦਾ ਆ ਤੁਸੀਂ ਕਦੇ ਹੀ ਦੇਖਿਆ ਹੋਊਗਾ ਪਰसों ਜਦ ਇਹਨਾਂ ਦਾ 2 April ਸੀ ਦਾ ਵੋਟ ਸੀ ਇੱਥੇ ਹਰਿਆਣੇ ਦੇ ਵਿੱਚ ਜੀ ਇਹ ਕੰਮ ਲੈ ਇਹਨਾਂ ਦਾ ਕੋਲ ਨਾਰੇ ਲਾਉਂਦਾ ਕਿਸਾਨਾਂ ਦੇ ਖਿਲਾਫ ਕਿਸਾਨਾਂ ਨੂੰ ਦੇਸ਼ ਧਰੋਹੀ ਦੱਸ ਰਿਹਾ ਹੈ ਮੁੜ ਕੇ ਜਦ ਬਾਹਰ ਆਇਆ ਹੈ ਭਿੱਗੀ ਬੀਣ ਕੇ ਹੱਥ ਜੋੜ ਕੇ ਕਹਿੰਦਾ ਨਹੀਂ 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 ਮੈਂ ਤਾਂ ਕਹਿੰਦਾ ਹੱਜ ਗੁਰੂ ਬਾਰੇ ਕਹਿ ਰਿਹਾ ਸੀ ਮੈਂ ਤਾਂ ਫਲਾਣੇ ਬਾਰੇ ਕਹਿ ਰਿਹਾ ਸੀ ਉਹ ਭਾਈ ਹਰਿਆਣੇ ਦੀ ਸਵਾ ਦੇ ਵਿੱਚ ਦਾ ਕਿਸਾਨਾਂ ਦਾ ਮੁੱਦਾ ਗੂੰਜ ਰਿਹਾ ਹੈ ਕਿਸਾਨਾਂ ਕਰਕੇ ਉੱਥੇ ਮਤਾ ਆਇਆ ਹੋਇਆ ਉੱਥੇ ਤੋਂ ਕਹਿੰਦਾ ਵੀ ਇਹ ਦੇਸ਼ ਤਰੋਹੀ ਨੇ ਕਿਸਾਨ ਕਹਿ ਕੇ ਕਹਿੰਦਾ ਬਾਹਰ ਆ ਕੇ ਆਏ ਸਾਡੇ ਕੱਢ ਇਹਨਾਂ ਦਾ ਹੀ ਕਰਤਾਰ ਹੈ ਕਿ ਇਹ ਜਿਹੜਾ ਬੰਦਾ ਸਾਹਮਣੇ ਕਮਜ਼ੋਰ ਖੜਾ ਹੈ ਉਹਨੂੰ ਇਹ ਕੱਤੜ ਵੀ ਕਰ ਸਕਦੇ ਨੇ ਜਿਹੜਾ ਬੰਦਾ ਅੱਗੇ ਖੜਾ ਤਕੜਾ ਉਦੇ ਉੱਤੇ ਪਹਿਲੀ ਪੈ ਜਾਂਦੇ ਨੇ ਕਿਉਂਕਿ ਇਹਨਾਂ ਨੇ ਕਦੇ ਜ਼ਿੰਦਗੀ ਚ ਨਾ ਕੁਰਬਾਨੀ ਕਰੀ ਹੈ ਨਾ ਕੁਰਬਾਨੀ ਕਰਨੀ ਹੈ ਤੁਸੀਂ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਮੰਮਤਾ ਬੈਨਰ ਜੀ ਨੂੰ ਬਰੀ ਕਰ ਦਿਓ ਡਾਕਟਰ ਸਾਹਿਬ ਕਾਹਦੇ ਚ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਮੰਮਤਾ ਬੈਨਰ ਜੀ ਨੂੰ ਬਰੀ ਕਰ ਦਿਓ ਤੁਸੀਂ ਨਹੀਂ 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 ਮੈਂ ਬਿਲਕੁਲ ਨਹੀਂ ਬਰੀ ਕਰ ਰਿਹਾ ਮੈਂ ਉਸ ਪੱਖੋਂ ਬਰੀ ਨਹੀਂ ਕਰ ਰਿਹਾ ਪਰ ਮੈਂ ਇਹ ਗੱਲ ਕਹਿਣਾ ਵੀ ਜਿਹੜੇ ਉੱਥੇ ਜੋ ਕੁਝ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਗਮਰਾਲ ਜੇ ਅਸੀਂ ਦੇਖੀਏ ਪੂਰੇ ਮੁਲਕ ਦੇ ਵਿੱਚ ਪੋਲੀਟੀਕਲ ਪਾਰਟੀਆਂ ਦਾ ਕਿਰਦਾਰ ਸਾਡੇ ਸਾਹਮਣੇ ਹੈ ਉਹਨਾਂ ਦੇ ਵਿੱਚੋਂ ਜਿਹੇ ਜਿਹੇ ਹੈਗੇ ਨੇ ਉਹਨਾਂ ਚੋਂ ਹੀ ਦੇਖਣਾ ਹੈ ਉਹਨਾਂ ਦੇ ਵਿੱਚੋਂ ਲੈਂਡ ਆਰਡਰ ਕਿਸੇ ਵੀ ਸਟੇਟ 'ਚ ਠੀਕ ਨਹੀਂ ਹੈ ਯੂਪੀ 'ਚ ਠੀਕ ਹੈ ਮੈਂ ਇਹ ਨਹੀਂ ਕਹ ਰਿਹਾ ਵੀ ਜੇ ਯੂਪੀ 'ਚ ਠੀਕ ਨਹੀਂ ਹੈ ਤਾਂ ਬੰਗਾਲ 'ਚ ਵੀ ਠੀਕ ਨਾ ਹੋਵੇ ਇਹ ਮੈਂ ਬਿਲਕੁਲ ਨਹੀਂ ਕਹਿ ਰਿਹਾ ਲੈਂਡ ਆਰਡਰ ਠੀਕ ਹੋਣਾ ਚਾਹੀਦਾ ਹੈ ਪਰ ਲੈਂਡ ਆਰਡਰ ਨੂੰ ਖਰਾਬ ਕਰਨ ਦੇ ਵਾਸਤੇ ਵੀ ਮੈਂ ਕਹਾਂਗਾ ਬਹੁਤ ਸਾਰੇ ਅਜਿਹੇ ਤੱਤ ਹੁੰਦੇ ਨੇ ਕਿਉਂਕਿ ਸਾਡਾ ਸਿਆਸਦਾਨ ਕਿੱਥੇ ਆ ਗਿਆ ਦੇਖੋ ਕਿੱਦਿੇ ਪਸੰਗੀ ਸਿਆਸਤਾਨ ਕਿੱਧਰ ਨੂੰ ਜਾ ਰਿਹਾ ਬਹੁਤ ਔਖੀ ਗੱਲ ਹੈ ਕਹੀ ਸਿਆਸਤਦਾਨ ਅੱਜ ਜਰਗਮਾਲ ਬਣ ਰਿਹਾ ਜਿੱਦਾਂ ਦੇਖਦਾ ਵੀ ਉਹ ਪਾਰਟੀ ਜੀ ਥੋਥੇ ਛਾਲ ਮਾਰ ਕੇ ਚਲਾ ਜਾਂਦਾ ਨਾ ਤਾਂ ਉਹਨੂੰ ਆਪਣੀ ਪਾਰਟੀ ਨਾਲ ਕੋਈ ਬਚਨਬਖਤ ਹੈ ਆ ਕਾਂਗਰਸ ਦੇ 23 ਬੰਦੇ ਜੀਤ ਤੇ 23 ਕਹਿੰਦਾ ਕਿ ਜਿਨ੍ਹਾਂ ਨੂੰ ਹੁਣ ਉਹ ਕੀ ਨੇ ਵੱਡੇ ਵੱਡੇ ਡਿਗਜ ਨੇ ਉਹ ਅੱਜ ਕਾਂਗਰਸ ਦੇ ਕੋਲੇ ਜਿਹੜਾ ਲੋਕ ਸੰਸਦ ਦੇ ਵਿੱਚ ਆਪੋਜੀਸ਼ਨ ਲੀਡਰ ਬਣਾਉਣ ਵਾਸਤੇ ਕੌਣ ਰਿਹਾ ਰਵਨੀਤ ਬਿੱਟੂ ਹੂੰ ਤੁਸੀਂ ਹਿਸਾਬ ਲਗਾਓ ਵੀ ਸਾਡੀਆਂ ਪਾਰਟੀਆਂ ਦਾ ਹਾਕ ਕੀ ਹੁੰਦਾ ਹੈ ਮੈਂ ਇੱਕ ਛੋਟਾ ਛੋਟਾ ਬ੍ਰੇਕ ਲੈ ਲਵਾਂ ਹੋਰ ਡਾਕਟਰ ਸਾਹਿਬ ਤੁਸੀਂ ਬੜੇ ਗੰਭੀਰ ਪੁਆਇੰਟ ਚੁੱਕਦੇ ਪਿਓ ਤੇ ਇਸ ਦੇ ਵਿਚਾਲੇ ਜਦੋਂ ਤੁਸੀਂ ਵਿਚਾਰਧਾਰਾ ਦਾ ਸਵਾਲ ਖੜਾ ਕਰਦੇ ਹੋ ਕਿ ਵਿਚਾਰਧਾਰਾ ਕਿੱਥੇ ਹੈ ਸਿਆਸਤੀ ਜਦੋਂ ਵਿਚਾਰਧਾਰਾ ਦਾ ਜ਼ਿਕਰ ਹੁੰਦਾ ਉਹ ਵੇਲਾ ਲੱਗ ਗਿਆ ਜਦੋਂ ਵਿਚਾਰਧਾਰਾ ਦੇ ਨਾਂ ਤੇ ਚੋਣਾਂ ਲੜੀਆਂ ਜਾਂਦੀਆਂ ਸੀ ਹੁਣ ਤੁਹਾਡੇ ਸੈਂਟੀਮੈਂਟਸ ਨੂੰ ਢੁਕਾ ਕੇ ਚੋਣਾਂ ਲੜੀਆਂ ਜਾ ਰਹੀਆਂ ਢਿੱਡ ਦਾ ਸਵਾਲ ਹੈ ਉਹ ਗਾਇਬ ਹੈ ਜੀਡੀਪੀ ਦਾ ਸਵਾਲ ਗਾਇਬ ਹੈ ਗੈਸ ਡੀਜ਼ਲ ਪੈਟਰੋਲ ਦੀ ਗੱਲ ਕਰ ਰਿਹਾ ਮੈਂ ਲੋਕਾਂ ਵਿੱਚ ਰੋਸ ਤਾਂ ਹੈਗਾ ਪਰ ਉਸ ਰੋਸ ਨੂੰ ਦੱਬਣ ਤੇ ਲਈ ਇੱਕ ਰੰਗ ਹੋਰ ਤੁਹਾਡੇ ਅੱਗੇ ਰੱਖਿਆ ਜਾਂਦਾ ਤੇ ਉਸ ਰੰਗ ਦੇ ਵਿੱਚ ਤੁਹਾਨੂੰ ਇਹ ਭਲਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਰਥਿਕ ਮੁੱਦੇ ਤੁਹਾਡੇ ਲਈ ਵੱਡੇ ਨਹੀਂ ਹੈਗੇ ਆਸਥਾ ਦੇ ਮੁੱਦੇ ਵੱਟੇ ਆ ਇਹ ਤੁਹਾਨੂੰ ਸਮਝਾਉਣਾ ਸਾਡਾ ਕੰਮ ਹੈ ਅਸੀਂ ਇਸ ਲਈ ਬੈਠੇ ਆ ਵਾਪਸ ਵੀ ਆ ਰਹੇ ਆ ਬੰਗਾਲ ਨਾਲ ਕਿਹੜਾ ਪੱਖ ਜੁੜਿਆ ਅਸੀਂ ਇਸ ਤੇ ਚਰਚਾ ਕਰ ਰਹੇ ਆ ਤੇ ਡਾਟ ਗਰਗ ਸਰ ਨਾਲ ਮੌਜੂਦ ਸਨ ਕਿ ਤੇ ਡਾਟ ਗਰਗ ਸਰ ਇੱਕ ਅੱਧੀ ਕਾਲ ਵੀ ਲੈ ਲੀਏ ਸਰ ਆਪਾਂ ਕਾਲ ਕੋਈ ਲੇਤੀ ਨਹੀਂ ਆਏ ਸੀ ਹਾਂਜੀ ਸ਼ੋਰ 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 ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਿਹਾ ਜੀ ਕਿੱਥੋਂ ਬੋਲ ਰਿਹਾ ਜੀ ਹਾਂਜੀ ਮੈਂ ਡਾਕਟਰ ਰਚਪਾਲ ਸਿੰਘ ਬਾਜਵਾ ਸ਼ਿਕਾਗੋ ਤੋਂ ਬੋਲ ਰਿਹਾ ਜੀ ਸਵਾਗਤ ਹੈ ਸਰ ਤੁਹਾਡਾ ਕੀ ਸਵਾਲ ਕਰਨਾ ਚਾਹੁੰਦੇ ਹੋ ਡਾਕਟਰ ਸਾਹਿਬ ਹਾਂਜੀ ਮੇਰਾ ਸਵਾਲ ਹੈ ਜੇ ਹੈ ਵੀ ਗਰਗਸਾਹ ਬਹੁਤ ਡਿਟੇਲ ਚ ਇਹ ਦੱਸ ਰਹੇ ਹਨ ਔਰ ਅੱਜ ਅਗਰ ਇੰਡੀਆ ਦਾ ਪੋਲਿਟੀਕਲ ਸਿਸਟਮ ਦੇਖਿਆ ਜਾਏ ਤੇ ਇਹ ਇੱਕ ਬਹੁਤ ਹੀ ਛੋਟੇ 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 ਟੁਕੜੇ ਆ ਜੇ ਪਾਰਟੀਆਂ ਜਿਹੜੀਆਂ ਇਹ ਵੰਡੀਆਂ ਗਈਆਂ ਇਹ ਜੋ ਉਹੀ ਕੰਮ ਹੋ ਗਿਆ ਜਦੋਂ ਆਜ਼ਾਦੀ ਮਿਲੀ ਸੀ ਤੋਂ 535 ਜਿਹੜੇ ਰਾਜੇ ਸੀਗੇ ਉਹ ਰਾਜ ਕਰਦੇ ਸੀ ਅੰਗਰੇਜ਼ ਉਹਨਾਂ ਨੂੰ ਕਿਸੇ ਨੂੰ ਇਧਰੋਂ ਦੇ ਦਿੰਦੇ ਸੀ ਜ਼ਗੀਰ ਕਿਸੇ ਨੂੰ ਇਹ ਦੇ ਦਿੰਦੇ ਸੀ ਹੁਣ ਆਪਣੀਆਂ ਨਿੱਕੀਆਂ ਨਿੱਕੀਆਂ ਪਾਰਟੀਆਂ ਜਿਹੜੀਆਂ ਇਹ ਜਿਹੜੀ ਹਕੂਮਤ ਹੁੰਦੀ ਆ ਉਹਦੇ ਹੱਥ ਹਲ ਦੇਖਦੀ ਇਹ ਤਾਂ ਫਿਰ ਡੈਮੋਕ੍ਰੇਸੀ ਬਿਲਕੁਲ ਹੀ ਨਹੀਂ ਰਹੀ ਮੇਰਾ ਇੱਥੇ ਸਵਾਲ ਇਹ ਹੈ ਜੀ ਕਿ ਇੱਕ ਪਾਸੇ ਹਮਿੰਤਾਪ ਬੈਨਰਜੀ ਹੈ ਹਰ ਇੱਕ ਬੰਨੇ ਮੋਦੀ ਸਾਹਿਬ ਬੀਜੇਪੀ ਸਾਰਾ ਉਹਨਾਂ ਨਾਲ ਜੋੜਨਾ ਹੈ ਮੇਰਾ ਕੁਐਸਚਨ ਹੈ ਅਭੀ ਜਿਹੜੀ ਕਾਂਗਰਸ ਹੈ ਇਹ ਜਿਹੜੀ ਲੈਫਟ ਦੇ ਨਾਲ ਰੱਖ ਕੇ ਇਹਨਾਂ ਨੇ ਉੱਥੇ ਪਤਾ ਨਹੀਂ ਕਿੰਨੀਆਂ ਸੀਟਾਂ ਤੇ ਬੰਦੇ ਖੜੇ ਕਰਨੇ ਆ ਨਹੀਂ ਕਰਨੇ ਪਰ ਇਹਨਾਂ ਨੂੰ ਬਿਲਕੁਲ ਪਤਾ ਹੈ ਵੀ ਇਹਨਾਂ ਦਾ ਉੱਥੇ ਕੁਝ ਨਹੀਂ ਬਣਨਾ ਪਰ ਜਦੋਂ ਇਹ ਕਾਂਗਰਸ ਪੁਰਾਣੀ ਸੀ ਇਹ ਕਾਂਗਰਸ ਦੀਆਂ ਨੀਤੀਆਂ ਲਿਬਰਲ ਸੈਕੂਲਿਜ਼ਮ ਵਾਲੀਆਂ ਸੀਗੀਆਂ ਔਰ ਇਹ ਥੋੜੀ ਜਿਹੀ ਲੈਫਟ ਲੀਨਿੰਗ ਪਾਰਟੀ ਸੀ ਤੋ ਜਿਹੜੀ TMC ਹੈ ਜਿਹੜੀ ਆਪਣੀ ਮਮਤਾ ਜੀ ਹੈ ਇਹ ਉਹਨੂੰ ਸਪੋਰਟ ਦੇਣ ਔਰ ਆਪਣੇ ਇਸ਼ੂਸ ਦੇ ਨਾਲ ਆਪਣੇ ਰੱਖਣ ਤੁਹਾਡਾ ਗਰਗਸਾਬ ਨੂੰ ਇਹ ਕਹੋ ਜੀ ਬਈ ਕਾਂਗਰਸ ਨੂੰ ਕੀ ਤਕਲੀਫ ਹੈ ਕਿ ਉਹ ਮਮਤਾ ਬੈਨਰਜੀ ਨੂੰ ਕਿਉਂ ਨਹੀਂ ਸਪੋਰਟ ਕਰਦੇ ਜਾਂ ਜਿਵੇਂ ਅਕਲੇਸ਼ ਯਾਦਵ ਹੈ ਦੂਜੇ ਤੇ ਜਿਵੇਂ ਹੋਰ ਬਹੁਤ ਲੋਕ ਹੈ ਤੇ ਇਹਨਾਂ ਨੂੰ ਵੀ ਕੋਈ ਆਪਣੀ ਸਟ੍ਰੈਟਜੀ ਬਣਾ ਕੇ ਲੜਨਾ ਪਊਗਾ ਨਹੀਂ ਤਾਂ ਧਰਮ ਦੀ ਸਿਆਸਤ ਚੱਲ ਰਹੀ ਹੈ ਕਿਤੇ ਤਿਰੰਗੇ ਦਾ ਨਾਮ ਲੈ ਕੇ ਉਹਦੇ ਵਿੱਚ 35 ਤਰ੍ਹਾਂ ਦੇ ਹੋਰ ਸਾਈਨ ਵਿੱਚ ਵੜੇ ਜਾਂਦੇ ਨੇ ਡਾਕਟਰ ਬਾਈਵਾ ਤੁਸੀਂ ਡਾਕਟਰ ਬਾਈਵਾ ਡਾਕਟਰ ਬਾਈਵਾ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਕਾਂਗਰਸ ਨੂੰ TMC ਦੇ ਨਾਲ ਹੋ ਜਾਣਾ ਚਾਹੀਦਾ ਬਿਲਕੁਲ ਹੋ ਜਾਣਾ ਚਾਹੀਦਾ ਅੱਛਾ ਤੇ ਕਿਸਾਨਾਂ ਨੂੰ ਕਹਿੰਦੇ ਨਾਲ ਹੋਣਾ ਚਾਹੀਦਾ ਸਰ ਹਾਂਜੀ ਕਿਸਾਨ ਦੇਖੋ ਕਿਸਾਨਾਂ ਦਾ ਮੁੱਦਾ ਨੈਸ਼ਨਲ ਲੈਵਲ ਦਾ ਮੁੱਦਾ ਹੈ ਉਹ ਉਹਨਾਂ ਨੂੰ ਬੀਜੇਪੀ ਦੇ ਡੈਫੀਨੇਟਲੀ ਉਲਟ ਰਹਿਣਾ ਚਾਹੀਦਾ ਹੂੰ ਜੋ ਕਰ ਰਿਹਾ ਠੀਕ ਕਰ ਰਿਹਾ ਕਿਉਂਕਿ ਬੀਜੇਪੀ ਨੇ ਉਹਨਾਂ ਨੂੰ ਹਰਟ ਕਰਨ ਦੀ ਕੰਟਰੀ ਲੈਵਲ ਤੇ ਕੀਤਾ ਹੈ ਸੋ ਮੇਰਾ ਇਹ ਹੈ ਬਾਕੀ ਲੋਕਲ ਪਾਰਟਸ ਜਿਹੜੀ ਹੈ ਉਹ ਜਿਹੜੀ ਪਾਰਟੀ ਉੱਥੇ ਚੰਗੀ ਹੈ ਜਿਹੜੇ ਕਰਦੇ ਆਂ ਵੀ ਜਾਨੀ ਆਪਣੀ ਮਮਤਾ ਬੈਨਰਜੀ 10 ਸਾਲ ਤੋਂ ਆਪਣਾ ਕੰਮ ਕਰ ਰਿਹਾ ਅੱਡਿਆ ਕਿਰਨ ਵਿਧੀ ਨੂੰ ਲਾ ਕੇ ਕਰ ਦਿੱਤਾ ਮੈਂ ਤਾਂ ਵੈਸੇ ਪੁਰਾਣਾ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਤੈਨੀਆਂ ਚਾਰ ਬੀਬੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਸੀ ਉਹ ਟਾਈਮ ਨਿਕਲ ਗਿਆ ਸੋਨੀਆ ਗਾਂਧੀ ਆਪਣੀ ਮਮਤਾ ਬੈਨਰਜੀ ਤੇ ਨਾਲ ਜਿਹੜੀ ਸੀਗੀ ਮਾਇਆਵਤੀ ਤੇ ਕਿਰਨ ਵਿਧੀ ਪਰ ਉਹ ਟਾਈਮ ਨਿਕਲ ਗਿਆ ਇਸ ਕਰਕੇ ਇਹਨਾਂ ਨੂੰ ਇਕੱਠੇ ਹੋ ਕੇ ਸਟਿਰਜੀ ਬਣਾ ਕੇ ਲੜਨਾ ਪਏਗਾ ਜੀ ਠੀਕ ਹੈ ਠੀਕ ਹੈ ਡਾਕਟਰ ਬਾਜਵਾ ਥੈਂਕ ਯੂ ਸਰ ਥੈਂਕ ਯੂ ਸਰ ਡਾਟਾਕਰ ਤੁਹਾਨੂੰ ਡਾਕਟਰ ਬਾਜਵਾ ਦਾ ਸਵਾਲ ਸਮਝ ਆ ਗਿਆ ਹੋਊਗਾ ਕੀ ਕਹਿਣਾ ਚਾ ਰਹੇ ਨੇ ਹਾਂਜੀ 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 ਦੇਖੋ ਇਹਨਾਂ ਦਾ ਬਾਜਵਾ ਸਾਹਿਬ ਦਾ ਸਵਾਲ ਬੜਾ ਜਾਇਜ਼ ਆਇਆ ਕਿ ਇਕੱਠੇ ਹੋ ਜਾਂਦੇ ਸੈਂਟੀਮੈਂਟ ਹੁੰਦਾ ਬੰਦਿਆਂ ਦਾ ਕਿ ਜੇ ਲੈਫਟ ਐਂਡ ਕਾਂਗਰਸੇ ਦੇ ਨਾਲ ਰਲ ਜਾਂਦੇ ਤਾਂ ਸ਼ਾਇਦ ਬੀਜੇਪੀ ਨੂੰ ਹਰਾਉਣਾ ਹੋਰ ਜ਼ਿਆਦਾ ਸੌਖਾ ਹੁੰਦਾ ਪਰ ਪੋਲੀਟੀਕਲ ਕੈਲਕੂਲੇਸ਼ਨ ਦੋਤੇ ਦੋ ਚਾਰ ਨਹੀਂ ਹੁੰਦੀ ਪੋਲੀਟੀਕਲ ਕੈਲਕੂਲੇਸ਼ਨ ਜੋ ਕੰਬੀਨੇਸ਼ਨ ਦਾ ਆਫ ਦਾ ਮੀਨਿੰਗ ਹੁੰਦਾ ਹੈ ਕਈ ਵਾਰੀ ਇੱਥੇ ਜੇ ਤੁਸੀਂ ਯਾਦ ਹੋਵੇ ਤੁਹਾਨੂੰ ਅਕਾਲੀਆਂ ਨੇ ਬੰਦੇ ਖੜੇ ਕਰੇ ਸੀ ਇਸ ਕਰਕੇ ਕਿ ਉਹ ਬੰਦਾ ਵੋਟਾਂ ਤੋੜ ਦੂਗਾ ਦੂਜੀ ਪਾਰਟੀਾਂ ਦੇ ਤਾਂ ਕਿ ਆਪ ਜਿੱਤ ਜਾਣ ਇਹੋ ਜਿਹਾ ਵੀ ਹੁੰਦਾ ਹੈ ਕੈਲਕੂਲੇਸ਼ਨ ਪੋਲੀਟੀਕਲ ਸਟ੍ਰੈਟਜੀ ਦੀ ਹੁੰਦੀ ਆ ਪਰ ਇੱਕ ਗੱਲ ਮੈਂ ਕਹਾਂਗਾ ਕਾਂਗਰਸ ਦਾ ਤੇ ਭਾਜਪਾ ਦਾ ਇਹਦਾ ਸਾਰੇ ਜੋੜ ਤੋੜ ਤੇ ਉੱਤੇ ਲੈਫਟ ਦਾ ਫਰਕ ਕੀ ਹੈ ਜਿਹੜੇ ਕਾਂਗਰਸ ਤੇ ਲੈਫਟ ਹੈ ਇਹ ਨਾ ਆਪਣੀ ਤਾਕਤ ਤੋਂ ਵੱਧ ਸੀਟਾਂ ਮੰਗਦੇ ਰਹਿੰਦੇ ਨੇ ਇਹਨਾਂ ਦਾ ਬਿਹਾਰ ਚ ਵੀ ਇਹੀ ਪੰਗਾ ਪਿਆ ਇਹਨਾਂ ਦਾ ਇੱਥੇ ਵੀ ਇਹੀ ਰਹਿੰਦਾ ਰਿਹਾ ਹੈ ਤੇ ਜਿਹੜੀ ਬੀਜੇਪੀ ਆ ਉਹ ਇੱਕ ਤਿੱਖੇ ਤਨ ਚਾਈ ਹੋਈ ਆ ਵੀ ਸੀਟਾਂ ਵੱਧ ਦੇ ਦੋ ਚਾਹੇ ਨਾ ਕਿਤਾਪਾ ਥੱਲੇ ਰੱਖਾਂਗੇ ਆਪਣੇ ਸਾਹਮਣੇ ਬੋਲ ਨਹੀਂ ਸਕਦੇ ਅਨਿਤੇਸ਼ ਨੂੰ ਬੋਲ ਕੇ ਦਿਖਾਵੇ ਕੱਢ ਕੇ ਬਾਹਰ ਮਾਰਨਗੇ ਕਿ ਨਹੀਂ ਸੋ ਬੀਜੇਪੀ ਦੀ ਇੱਕ ਸਟ੍ਰੈਟੇਜੀ ਹੈ ਵੀ ਉਹਨੂੰ ਨਾਲ ਲਾ ਕੇ ਇੱਕ ਕੰਡਾ ਉਹ ਆਪਣਾ ਮਹਾਰਾਸ਼ਟਰ ਵਾਲੇ ਉਦੋਂ ਤੱਕ ਉਹ ਉਹ ਬੱਚੇ ਨੇ ਇਹਨਾਂ ਤੋਂ ਨਹੀਂ ਤਾਂ ਇਹਨਾਂ ਨੇ ਉਹਨੂੰ ਖਾ ਜਾਣਾ ਸੀ ਉਹ ਬੱਚੇ ਤਾਂ ਨੇ ਕਿ ਕੋਈ ਨਾ ਦਾ ਵੀ slogan ਉਹ ਬੇਸ ਕਾਮਨ ਹੈ ਉਹ ਬੇਸ ਦੇ ਉੱਤੇ ਬੜਾ ਇਹ ਹੈ ਇੱਥੇ ਜਿਹੜਾ ਬੰਗਾਲ ਦੇ ਵਿੱਚ ਬੇਸ ਕਾਮਨ ਨਹੀਂ ਹੈ ਕਿਉਂਕਿ ਬੰਗਾਲ ਦੇ ਵਿੱਚ ਜਿਹੜੀ ਤਿਰਨਾਮੁਲ ਕਾਂਗਰਸ ਹੈ ਜਿੰਨੀ ਮਰਜ਼ੀ ਉਹ ਹੋਵੇ ਜਾਂ ਕਾਂਗਰਸ ਹੈ ਜਾਂ ਡੈਫਟ ਹੈ ਉਹ ਮੁਸਲਮਾਨ ਵੋਟ ਦੇ ਉਲਟ ਨਹੀਂ ਆ ਮੁਸਲਮਾਨ ਦੇ ਵਾਰ ਜਿਹੜੀ ਬੀਜਪੀ ਆ ਮੁਸਲਮਾਨ ਦੇ ਉਲਟ ਜਾ ਕੇ ਹਿੰਦੂਤਵਾ ਦਾ ਕਾਰਡ ਖੇਡ ਰਹੀ ਆ ਸਮਝ ਵੀ ਇਹ ਕੁਝ ਕਰ ਰਹੀ ਹੈ ਉਹਦੇ ਵਿੱਚ ਬੇਸ਼ੱਕ ਐਨ ਆਰ ਸੀ ਸੀਏ ਦੇ ਮਾਮਲੇ ਤੇ ਘੇਰੀ ਵੀ ਹੋਈ ਆ ਜਿਹੜੇ ਸਾਹਮਣੇ ਵਿੱਚ ਆਪਾਂ ਨੂੰ ਪਤਾ ਹੀ ਹੈ 19 ਲੱਖ ਦੇ ਵਿੱਚੋਂ 13 ਲੱਖ ਤਾਂ ਹਿੰਦੂ ਨਿਕਲ ਗਏ ਸੀ ਜਿਹੜੇ ਬਾਹਰ ਜਾਣੇ ਸੀ ਫਿਰ ਜਿਹਨਾਂ ਦਾ ਜੋ ਇਹਨਾਂ ਨੇ ਸੀਏ ਇਹ ਐਨ ਆਰ ਸੀ ਸੀਏ ਪਹਿਲਾਂ ਜਿਹੜਾ ਬਣਾਇਆ ਹੋਇਆ ਸੀ ਬਾਅਦ ਫਿਰ ਅਮੈਂਡਮੈਂਟ ਕਰਨੀ ਪਈ ਹੁਣ ਆ ਕੇ ਇਹਨਾਂ ਨੂੰ ਕਿ ਨਹੀਂ ਜੀ ਜਿਹੜੇ ਹਿੰਦੂ ਨੇ ਉਹਨਾਂ ਨੂੰ ਤਾਂ ਅਸੀਂ ਦਵਾਂਗੇ ਨਾਗਰਿਕਤਾ ਸੋ ਇਸ ਕਰਕੇ ਇਹ ਜਵਾਬ ਸਵਾਲ ਇਹ ਨਾ ਜਾਇਜ਼ ਹੈ ਪਰ ਕੈਲਕੂਲੇਸ਼ਨ ਜਦ ਮੈਂ ਕਰਦਾ ਪੋਲੀਟੀਕਲ ਕੈਲਕੂਲੇਸ਼ਨ ਦੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਵੀ ਤਿੰਨ ਤਰ੍ਹਾਂ ਬਣਨ ਦਾ ਜਿਹੜਾ ਹੈ ਉਹਦੇ ਵਿੱਚ ਵੋਟਾਂ ਦੀ ਪੋਲਰਾਈਜੇਸ਼ਨ ਜਿਹੜੀ ਕਰਨੀ ਹੈ ਭਾਜਪੀ ਨੇ ਉਹ ਜ਼ਿਆਦਾ ਮੁਸ਼ਕਲ ਇੱਕ ਇੱਕ ਥੋੜੀ ਹੋਰ ਕਾਲ ਲੈ ਲਈਏ ਬਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਕਿੱਥੋਂ ਬੋਲ ਰਹੇ ਹੋ ਸਰ ਕੌਣ ਬੋਲ ਰਹੇ ਹੋ ਮੈਂ ਕੈਲੀਫੋਰਨੀਆ ਤੋਂ ਬੋਲਦਾ ਹਰਦੀਪ ਸਿੰਘ ਹਾਂਜੀ ਹਰਦੀਪ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਹਦੀਪ ਜੀ ਹਾਂਜੀ ਬੇਨਤੀ ਹੈ ਯਾਰ ਕੁਦਰਤੀਆ ਦੋ ਹੀ ਬੇਰਿਪਸੰਦ ਬੰਦੇ ਇਕੱਠੇ ਹੋਏ ਆ ਮੈਂ ਇੱਕ ਆਪਣੇ ਤੌਰ 'ਤੇ ਤੁਹਾਡੇ ਮੋਰ ਸਝਾ ਰੱਖਣਾ ਚਾਹੁੰਦਾ ਗੜਕ ਸਾਹਿਬ ਦੇ ਥਰੂ ਸ਼ਾਇਦ ਅੱਗੇ ਚੱਲ ਜਾਵੇ ਕਿ ਜਿਹੜਾ ਇੱਕ ਸਮਾਨ ਆਪਣੇ ਵੋਟਾਂ ਦਾ ਪੈਂਦਾ ਹੈ ਤਾਂ ਡੈਮੋਕਰੇਸੀ ਆ ਇਹ ਤਰੀਕਾ ਪਹਿਲਾਂ ਪਹਿਲਾਂ ਤਾਂ ਕਦੇ ਚੰਗਾ ਸੀਗਾ ਲੇਕਿਨ ਹੁਣ ਜੋ ਹਾਲਾਤ ਬਣ ਗਏ ਆ ਤਾਂ ਕਿਉਂ ਨਾ ਇਹਨਾਂ ਨੂੰ ਸਰਕਾਰ ਜਿਹੜੀ ਪਾਰਟੀ ਇਲੈਕਸ਼ਨ ਲੜੇ ਸਰਕਾਰ ਦਖਲ ਨਾ ਦੇਵੇ ਕੋਈ ਚਾਹੇ ਸਟੇਟ ਦੀ ਹੋਵੇ ਚਾਹੇ ਸੈਂਟਰ ਦੀ ਹੋਵੇ ਤਮੇਸ਼ਾ ਪਾਰਟੀਆਂ ਆਪਣਾ ਪ੍ਰੋਗਰਾਮ ਰੱਖਣ ਹੁਣ ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ ਆ ਪੂਰੇ ਫਿਰਦਾ ਕਦੇ ਇਲੈਕਸ਼ਨ ਹੁੰਦੀ ਆ ਹਾਈਦਰਾਬਾਦ ਤੋਂ ਉੱਥੇ ਹੋਮ ਮਿਨਿਸਟਰ ਚੱਲ ਜਾਂਦਾ ਇਹ ਤਾਂ ਫਿਰ ਇਸੇ ਕੰਮ ਤੇ ਇੰਡੀਆ ਇਲੈਕਸ਼ਨਾਂ ਲਾਣ ਤੇ ਕਦੇ ਕਦੇ ਕਿਤੇ ਲੋਕਲ ਉੱਤੇ ਕੁਝ ਤਾਂ ਹੀ ਨਹੀਂ ਬਣਦਾ ਸਰਕਾਰ ਨੂੰ ਜਿਹੜੇ ਇਹਦੇ ਨਾਲੋਂ ਇਲੈਕਸ਼ਨ ਤੋਂ ਵੱਖ ਕਰਦੇ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਹਰਦੀਪ ਸਿੰਘ ਜੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਸੰਗਠਨ ਤੇ ਸਰਕਾਰ ਵੱਖੋਂ ਕੰਮ ਕਰੇ ਹਾਂ ਵੱਖੋਂ ਕੰਮ ਕਰੇ ਗਠਨਾ ਪ੍ਰੋਗਰਾਮ ਰੱਖਣ ਕਿ ਸੇ ਪਾਰਟੀ ਹਰੇਕ ਕਿ ਸੰਗਠਨ ਆਪਣਾ ਪ੍ਰੋਗਰਾਮ ਰੱਖੇ ਜੇ ਉਹ ਹੀ ਸਰਕਾਰ ਵੀ ਦੱਸਿਆ ਵੀ ਸਾਡੀ ਸਰਕਾਰ ਨੇ ਆ ਕੀਤਾ ਲੇਕਿਨ ਸਰਕਾਰ ਨਾਲ ਤਖਲ ਦੇ ਪੀ ਉਹਦੇ ਚ ਹੂੰ ਸਹੀ ਠੀਕ ਹੈ ਤੁਹਾਡਾ ਬੜਾ ਇੰਪੋਰਟੈਂਟ ਸਵਾਲ ਹੈ ਹਾਂ ਬੜਾ ਇੰਪੋਰਟੈਂਟ ਸਵਾਲ ਹੈ ਹਰਦੀਪ ਜੀ ਮੈਂ ਇਹ ਸਵਾਲ ਲੈ ਕੇ ਆਇਆ ਕਿਉਂਕਿ ਇਹ ਗੱਲਾਂ ਚੰਗੀਆਂ ਚੱਕ ਦੇ ਮੈਂ ਤਾਂ ਇਹ ਨਾ ਕਰਕੇ ਮੈਨੂੰ ਮਿਲ ਜੇ ਉਹ ਮੌਕਾ ਚਲੋ ਸ਼ੁਕਰੀਆ ਜੀ ਸ਼ੁਕਰੀਆ ਹਰਦੀਪ ਜੀ ਸ਼ੁਕਰੀਆ ਜੀ ਡਾਟਾ ਗਰਗ ਬੜਾ ਸਿੱਧਾ ਸਵਾਲ ਹੈ ਕਹਿੰਦੇ ਸੰਗਠਨ ਤੇ ਸਰਕਾਰ ਵੱਖੋਂ ਕੰਮ ਕਰੇ ਪਾਰਟੀ ਆਪਣਾ ਪ੍ਰੋਗਰਾਮ ਦਵੇ ਪਰ ਮੰਤਰੀ ਸਾਹਿਬ ਨੂੰ ਉੱਥੇ ਦੇਖੋ ਸਾਡੇ ਸੰਵਿਧਾਨ ਦੇ ਵਿੱਚ ਇਹ ਬਿਲਕੁਲ ਠੀਕ ਸੀਗਾ ਵੀ ਇਸ ਤਰੀਕੇ ਨਾਲ ਦੀ ਮਤਲਬ ਸ੍ਰਿਸ਼ਟਾ ਚਾਰਜ ਦੇ ਤੌਰ ਤੇ ਕਰਿਆ ਜਾ ਰਿਹਾ ਸੀ ਸ਼ੁਰੂ-ਸ਼ੁਰੂ ਚ ਪਾਰਟੀ ਔਰ ਸਰਕਾਰ ਨੂੰ ਵੱਖ ਰੱਖਿਆ ਵੀ ਜਾਂਦਾ ਸੀ ਮੈਂ ਆਪਣੇ ਬਚਪਨ ਚ ਦੇਖਿਆ ਇੱਥੇ ਕਹਿਣਾ ਸਾਡੇ ਪਿੰਨਾ ਚ ਵੋਟ ਮੰਗਣਾਏ ਉਹਨਾਂ ਆਖਿਆ ਮੈਂ ਇੱਥੇ ਡਿਵੈਲਪਮੈਂਟ ਕਰ ਦੂੰਗਾ ਪਰ ਮੈਨੂੰ ਹੁਣ ਨਾ ਪੈਸੇ ਮੰਗੇ ਲੋਕਾਂ ਨੂੰ ਵੋਟਾਂ ਲੈਣ ਵਾਸਤੇ ਗ੍ਰਾਂਟ ਦੇਣ ਦੀ ਵੈਦਾ ਕਰ ਗਿਆ ਵੈਦਾ ਕਰਨ ਤੋਂ ਵੀ ਡਰਦੇ ਸੀ ਮੈਂ ਇਹ ਕਹਿਣਾ ਵੀ ਬਿਲਕੁਲ ਠੀਕ ਹੈ ਇਹਨਾਂ ਦਾ ਸਵਾਲ ਜਾਇਜ਼ ਸਵਾਲ ਹੈ ਪਰ ਨਵਾਜਵਾ ਜਿਹਦੇ ਵਿੱਚ ਜਿਹੜਾ ਸਵਾਲ ਸੀ ਉਹ ਜਾਇਜ਼ ਸੀ ਕਿ ਅੱਜ ਪੋਲਿਟਿਕਲ ਪਾਰਟੀਆਂ ਓਹੋ ਮੁਦਿਆਂ ਤੋਂ ਪੜਕ ਕੇ ਉਹ ਸਰਕਾਰ ਤੇ ਪਾਰਟੀ ਨੂੰ ਰਲਗੱਡ ਕਰਕੇ ਸਰਕਾਰ ਨੂੰ ਪਾਰਟੀ ਜਿਤਨਾ ਚਲਾ ਰਹੀਆਂ ਨੇ ਇਹੀ ਤਾਂ ਵੱਡਾ ਦੁਖਾਂਤ ਹੈ ਕਾਂਗਰਸ ਨੇ ਵੀ ਕੋਸ਼ਿਸ਼ ਕੀਤੀ ਉੱਡੀ ਵੱਡੀ ਨਹੀਂ ਹੋ ਸਕੀ ਉਹਦੇ ਵਿੱਚ ਆਟੋਕਰੇਸੀ ਹੋਰ ਬਹੁਤ ਕੁਝ ਸੀ ਪਰ ਪਾਰਟੀ ਤੇ ਸਰਕਾਰ ਦਾ ਫੇਰ ਵੀ ਫਰਕ ਰਿਹਾ ਤੁਸੀਂ ਜਿੰਨੀਆਂ ਅਪੁਆਇੰਟਮੈਂਟਾਂ ਨੇ ਜਿੰਨੇ ਕੋਈ ਫੈਸਲੇ ਨੇ ਉਹਨਾਂ ਨੂੰ ਜਦ ਤੁਸੀਂ ਦੇਖੋਗੇ ਤੇ ਪਾਰਟੀ ਦੇ ਸਰਕਾਰ ਦਾ ਅੰਤਰ ਕਿਤੇ ਨਾ ਕਿਤੇ ਨਜ਼ਰ ਆਉਂਦਾ ਸੀ ਚਾਹੇ ਉਹ ਥੋੜਾ ਸੀ ਹੁਣ ਜਿਹੜੀ ਸਰਕਾਰ ਰਾਜ ਕਰ ਰਹੀ ਹੈ ਇਹਦਾ ਪਾਰਟੀ ਤੇ ਸਰਕਾਰ ਦਾ ਜਰਾ ਜਿੰਨਾ ਵੀ ਸੂਈ ਦੇ ਨੱਕੇ ਜਿੰਨਾ ਵੀ ਅੰਤਰ ਨਹੀਂ ਨਜ਼ਰ ਆ ਰਿਹਾ ਜਿੱਥੇ ਦੇਖੋ ਆਰਐਸਐਸ ਦਾ ਬੰਦਾ ਫਿੱਟ ਕਰਿਆ ਜਾ ਰਿਹਾ ਹੈ ਜਿੱਥੇ ਦੇਖੋ ਜਿਹੜੇ ਦੂਜੇ ਬੰਦੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਸਰਕਾਰਾਂ ਚ ਸਰਕਾਰ ਕੀ ਹੈ ਸਰਕਾਰ ਬਿਰੋਕਰੇਸੀ ਹੈ ਸਰਕਾਰ ਕੀ ਹੈ ਸਰਕਾਰ ਜਿਹਨੇ ਪ੍ਰੋਫੈਸ਼ਨਵਲ ਨੇ ਸਰਕਾਰ ਕੀ ਹੈ ਸਰਕਾਰ ਮੀਡੀਆ ਹੈ ਸਰਕਾਰ ਕੀ ਹੈ ਸਰਕਾਰ ਜਰੂਰੀ ਨਹੀਂ ਵੀ ਬੰਦਾ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ ਸਰਕਾਰ ਕੇ ਬਿਜ਼ਨਸ ਹੈ ਹਰ ਚੀਜ਼ ਜਿਹੜੀ ਆ ਉਹ ਬੀਜੇਪੀ ਆਰਐਸਐਸ ਨੂੰ ਦਿੱਤੀ ਜਾ ਰਹੀ ਹੈ ਚਾਹੇ ਗ੍ਰਾਂਟਾਂ ਨੇ ਚਾਹੇ ਅਹੁਦੇ ਨੇ ਚਾਹੇ इवन ਆ ਦੋ ਹਾਈ ਕੋਰਟ ਦੇ ਜੱਜ ਹਾਈ ਕੋਰਟ ਦੇ ਜੱਜ ਜੁਆਇਨ ਕਰਕੇ ਪਾਰਟੀ ਚੀਫ ਜਸਟਿਸ ਆਫ ਇੰਡੀਆ ਫਟਾਫਟੀ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਨਾਮਿਨੇਟ ਹੋ ਜਾਂਦਾ ਸੋ ਇਹ ਤੋਂ ਪਤਾ ਲੱਗਦਾ ਹੈ ਕਿ ਸਾਡੀਆਂ ਟੋਟਲ ਆ ਜਿਹੜਾ ਸ਼੍ਰੀ ਤਰਨ ਨੂੰ ਕਰਨਾ ਦੇ ਵਿੱਚ ਡਾਇਰ ਮਤਲਬ ਐਡਾ ਵੱਡਾ ਸੋ ਕਾਡ ਕਹਿੰਦੇ ਡਾਇਨ ਆਫ ਮੈਟਰੋਸੀ ਇਹ ਸਾਡੇ ਲੋਕ ਵੀ ਬੜੇ ਜਦ ਬੁਢੇ ਹੋ ਜਾਂਦੇ ਨੇ ਇਹ ਬੜੇ ਵੱਡੇ ਅਹੁਦਿਆਂ ਤੇ ਰਹਿ ਕੇ ਇਹਨਾਂ ਨੂੰ ਇਹ ਚਾਹੀਦਾ ਹੈ ਵੀ ਤੁਸੀਂ ਯਾਰ ਐਡੇ ਅਹੁਦਿਆਂ ਤੇ ਰਹੋ ਉਦੋਂ ਜੋ ਕੁਝ ਕਰਨਾ ਸੀ ਕਰ ਲਿਆ ਹੁਣ ਤੁਸੀਂ ਸਿਆਸਤ ਜਾ ਕੇ ਕੀ ਲੈਣਾ ਕੀ ਹੈ ਚੰਗੇ ਬੰਦਿਆਂ ਨੂੰ ਸਿਆਸਤੇ ਹੋਰਾਂ ਨੂੰ ਨਵੇਂ ਨੂੰ ਆਉਣ ਤੋਂ ਤੁਸੀਂ ਆਪਣੀ ਟੈਕਨੀਕਲ ਐਕਸਪਰਟ ਨਾਲ ਮਦਦ ਕਰੋ ਜੇ ਜਾ ਨਹੀਂ ਹੈ ਟੈਕਨੀਕਲ ਐਕਸਪਰਟ ਨੂੰ ਆਸਮਾਨ ਹੋ ਗਿਆ ਮੈਂ 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 ਮੇਰਾ ਮਾਨੀ ਕਰਦਾ ਤੁਹਾਨੂੰ ਰੋਕਾਂ ਮੈਂ ਡਾਟਾ ਕਰ ਪਰ ਪੀਸੀ ਆਤ ਨੂੰ ਵਾਰ ਕਮਾਂਡ ਆ ਜਾਂਦੀ ਹੈ ਬ੍ਰੇਕ ਲੈ ਲਓ ਇੱਕ ਬ੍ਰੇਕ ਲੈ ਲਵਾਂ ਡਾਟਾ ਕਰ ਸਾਬ ਮੈਂ ਵਾਪਸ ਆਉਂਗਾ ਸਰ ਇੱਕ ਛੋਟਾ ਬ੍ਰੇਕ ਲੈ ਕੇ ਬ੍ਰੇਕ ਤੋਂ ਬਾਅਦ ਆਖਰੀ ਹਿੱਸੇ ਵਿੱਚ ਅਸੀਂ ਉਹ ਬਗੇ ਸਵਾਲ ਬਹੁਤ ਸਾਰੇ ਹੈ ਤੁਹਾਡੇ ਫੋਨ ਕਾਲਸ ਦੇ ਵਿੱਚ ਬੜੇ ਇੰਪੋਰਟੈਂਟ ਸਵਾਲ ਆਏ ਆ ਦੋ ਫੋਨ ਕਾਲਸ ਅਸੀਂ ਹਿਤ ਕਰ ਲੈਂਦੀਆਂ ਉਹਦੇ ਵਿੱਚ ਇੰਨੇ ਇੰਪੋਰਟੈਂਟ ਸਵਾਲ ਖੜੇ ਹੋ ਕੇ ਆ ਜਿਨ੍ਹਾਂ ਨੇ ਪੂਰੇ ਸਿਆਸੀ ਸਿਸਟਮ ਤੇ ਸਵਾਲ ਖੜੇ ਕਰ ਦਿੱਤੇ ਆ ਤੇ ਇਸੇ ਸਿਸਟਮ ਨੂੰ ਸੁਧਾਰਨ ਦੇ ਲਈ ਹੀ ਅਸੀਂ ਅੱਜ ਦਾ ਮੁੱਦਾ ਦੇ ਵਿੱਚ ਇਹ ਸਾਰਾ ਵਿਚਾਰ ਚੁਣਿਆ ਕਿ ਬੰਗਾਲ ਨਾਲ ਕਿਹੜਾ ਪੁਵਖ ਜੁੜਿਆ ਅਸਲ ਵਿੱਚ ਬੰਗਾਲ ਨਾਲ ਇਹ ਪੁਵਖ ਜੁੜਿਆ ਜਿਸ ਪੁਵਖ ਨੂੰ ਕਿਸੇ ਹੋਰ ਤਰੀਕੇ ਨਾਲ ਦਰਸਾਇਆ ਜਾ ਰਿਹਾ ਉਸ ਨੂੰ ਹੋਰ ਦਿਸ਼ਾ ਦਿੱਤੀ ਜਾ ਰਹੀ ਹੈ ਪਰ ਅਸਲ ਵਿੱਚ ਮੁੱਦਿਆਂ ਦੀ ਲੜਾਈ ਹੋਣੀ ਚਾਹੀਦੀ ਹੈ ਤੇ ਮੁੱਦਿਆਂ ਨੂੰ ਕੋਈ ਹੋਰ ਰੂਪ ਦਿੱਤਾ ਜਾ ਰਿਹਾ ਤੇ ਉਸੇ ਰੂਪ ਦੇ ਵਿਚਾਰਲੇ ਦੀ ਰਾਜਨੀਤੀ ਖੜੀ ਹੈ ਉਸ ਦੇ ਅੱਗੇ ਕਿਸਾਨ ਖੜਾ ਹੈ ਤੇ ਕਿਸਾਨ ਉਹ ਹੈ ਜਿਹੜਾ ਤੁਹਾਡਾ ਪੇਟ ਦੀ ਰਖਵਾਲੀ ਕਰਦਾ ਹੈ ਪੇਟ ਦੀ ਰਾਖੀ ਕਰਦਾ ਸਰਦਾਂ ਦੀ ਰਾਖੀ ਸਰਕਾਰਾਂ ਨੇ ਕਰਨੀ ਹੁੰਦੀ ਹੈ ਤੇ ਪੇਟ ਦੀ ਰਾਖੀ ਕਿਸਾਨ ਨੇ ਕਰਨੀ ਹੁੰਦੀ ਹੈ ਸਰਦਾਂ ਦੀ ਰਾਖੀ ਜਵਾਨਾਂ ਨੇ ਕਰਨੀ ਹੁੰਦੀ ਹੈ ਜੈ ਕਿਸਾਨ ਜੈ ਜਵਾਨ ਦਾ ਨਾਰਾ بلند ਹੋਵੇਗਾ ਜਾਂ ਜਿਹੜੇ ਧਰਮ ਦੇ ਨਾਰੇ ਉੱਥੇ ਦਿੱਤੇ ਜਾ ਰਹੇ ਆ ਤਰੁਹੀ ਕਰਨ ਕੀਤਾ ਜਾ ਰਿਹਾ ਉਹ ਬਲੰਤ ਹੋਵੇਗਾ ਵਾਪਸ ਆ ਰਹੇ ਇੱਕਰ ਫਿਰ ਤੁਹਾਡਾ ਸਵਾਗਤ ਕਰਦੇ ਆ ਬੰਗਾਲ ਨਾਲ ਕਿਹੜਾ ਪੁਵਖ ਜੁੜਿਆ ਅਸੀਂ ਸਿੱਧਾ ਇੰਤੇ ਚਰਚਾ ਕਰਦੇ ਆ ਤੇ ਕੁਝ ਕੌਲਰ ਹੋ ਵੀ ਸਾਡੇ ਨਾਲ ਮੌਜੂਦ ਹੈ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਜੀ ਹਾਂਜੀ ਮੈਂ ਕਨੇਸ਼ਮ ਬੋਲ ਰਿਹਾ ਜੀ ਕਿੱਥੋਂ ਬੋਲ ਰਿਹਾ ਸਰ ਟੈਲੀਫੋਨੀਆ ਤੇ ਹਾਂਜੀ ਹਾਂਜੀ ਟੈਲੀਫੋਨੀਆ ਤੁਸੀਂ ਜੀ ਸਵਾਗਤ ਹੈ ਜੀ ਕਰਨਾਲ ਸਿੰਘ ਜੀ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਡਟ ਕਰ ਹਾਂਜੀ ਮੇਰਾ ਸਵਾਲ ਇਹ ਵੇਪੀ ਪ੍ਰਧਾਨ ਮੰਤਰੀ ਜਿਹੜਾ ਉਹ ਕੱਲੀ ਬੀਜੇਪੀ ਦਾ ਪ੍ਰਧਾਨ ਮੰਤਰੀ ਦੋਸਤ ਦੇਸ਼ ਦਾ ਪ੍ਰਧਾਨ ਮੰਤਰੀ ਹੂੰ ਤੇ ਤੇ ਇਲੈਕਸ਼ਨ ਕਿਤੇ ਨਾ ਕਿਤੇ ਹੁੰਦਾ ਹੀ ਜਾਂਦਾ ਜੀ ਤੇ ਉਹ ਤੇ ਲੇਖ ਨੇ ਰੈਲੀਆਂ ਕਰਨ ਦੇ ਕਿੰਨੀਆਂ ਕਿੰਨੇ 80 85 ਵਾਲੀ ਰੈਲੀਆਂ ਕਰਦੇ ਰਹਿੰਦੇ ਨੇ ਤੇ ਦੂਜੇ ਲੋਕਾਂ ਦੀ ਮਦਦ ਨਾਲ ਤੇ ਕੋਈ ਧਿਆਨ ਕੋ ਨਹੀਂ ਤੇ ਇਹ ਵੀ ਇਸ ਗੱਲ ਠੀਕ ਨਹੀਂ ਜਿਹੜੇ ਬੀਜੇਪੀ ਦੇ ਜਿਹੜੇ ਦੂਸਰੇ ਨੇ ਹੈਗੇ ਮੈਂਬਰ ਉਹਨਾਂ ਨੂੰ ਜਾਨਣਾ ਚਾਹੀਦਾ ਪ੍ਰਧਾਨਮਚਾਹ ਨੂੰ ਹੋਇਆ ਇੱਕ ਦੋ ਰੈਲੀ ਕਰ ਦੇ ਦੇ ਘਰ ਨਹੀਂ ਤੇ ਇਹਦੇ ਰਹਿੰਦੇ ਰੈਲੀਆਂ ਨੇ ਜੀ ਤੁਸੀਂ ਬਿਲਕੁਲ ਵਾਜਿ ਸਵਾਲ ਚੱਕ ਰਹੇ ਹੋ ਇਸ ਤੋਂ ਪਹਿਲਾਂ ਵੀ ਇਹ ਸਵਾਲ ਹੋ ਚੁੱਕਿਆ ਜੀ ਬਹੁਤ ਧੰਨਵਾਦ ਜੀ ਤੁਹਾਡਾ ਕਰਨਲ ਸਿੰਘ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਬਹੁਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਸਰ ਤੁਹਾਡਾ ਕਿੱਥੋਂ ਬੋਲ ਰਹੇ ਹੋ ਹਰਦੇਵ ਸਿੰਘ ਬੋਲ ਰਿਹਾ ਜੀ ਨਿਊਯਾਰਕ ਤੋਂ ਹਰਦੇਵ ਸਿੰਘ ਜੀ ਬਹੁਤ ਸਵਾਗਤ ਆ ਸਰ ਤੁਹਾਡਾ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ ਮਿਹਰਬਾਨੀ ਜੀ ਪਹਿਲਾਂ ਤੇ ਸਤਕਾਰਯੋਗ ਡਾਕਟਰ ਪਿਆਰੇ ਰਾਜ ਗਰਗ ਜੀ ਨੂੰ ਸਤਿ ਸ੍ਰੀ ਅਕਾਲ ਤੇ ਇਹਨਾਂ ਦੇ ਮਨ ਵਿੱਚ ਜਿੰਨੀ ਪੰਜਾਬੀਆ ਤਿਆਰ ਮੇ ਰਖਿਆਲ ਉਹ ਕਿਸੇ ਗੇਜ ਨਾਲ ਨਹੀਂ ਮਿਣਤੀ ਜਾ ਸਕਦੀ ਜਿੰਨਾ ਪੰਜਾਬ ਨਾਲ ਇਹਨਾਂ ਦਾ ਪਿਆਰ ਆ ਰੋਜ਼ ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਆਂ ਸੂਚਨ ਅਨੁਸਾਰ ਤੇਨਰੋਲੀਓਂ ਦੇ ਡਾਕਟਰ ਪ੍ਰੋਫੈਸਰ ਮਨਜੀਤ ਸਿੰਘ ਮੇਰੇ ਖਿਆਲ ਅੱਜ ਬੰਗਾਲ گئے ਜਾਪੇ ਨੇ ਹਾਂਜੀ 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 ਤੇ ਕਿਸਾਨੀ ਇਸਰਾਮਾ ਵੀ ਜਿਹੜੇ ਵੀ ਲੋਕਾਂ ਦੀ ਹਮਦਰਦੀ ਹੈ ਸੰਗਾ ਕਿਸਾਨ ਸੰਘਰਸ਼ ਨਾਲ ਬਾਹਰ ਵੀ ਬੈਠੇ ਲੋਕੀ ਉਹ ਬੜੇ ਸਟ੍ਰੈਸਡ ਨੇ ਇਜ਼ੀ ਨਹੀਂਗੇ ਬੜੇ ਸਟ੍ਰੈਸਡ ਨੇ ਭਈ ਲੋਕ ਰਾਜ ਵਿੱਚ ਚੁਣੀ ਹੋਈ ਸਰਕਾਰ ਜਿਹੜੀ ਆ ਇੰਨੇ ਵੱਡੇ ਦਬਾਅ ਥੱਲੇ ਇੰਨੇ ਵੱਡੇ ਸੰਘਰਸ਼ ਥੱਲੇ ਲੋਕਾਂ ਦੀ ਗੱਲ ਜਿਹੜੀ ਆ ਉਹ ਸੁਨੇਨਾ ਉਹਨਾਂ ਦੇ ਸਿਰ ਤੇ ਜੋ ਟੱਕਰ ਨਾ ਸਰ ਕੇ ਸਰਕਾਰ ਦੇ ਮੇਰਾ ਡਾਕਟਰ ਸਾਹਿਬ ਨੇ ਸਵਾਲਿਆ ਵੀ ਡਾਕਟਰ ਸਾਹਿਬ ਇਸ ਸੰਘਰਸ਼ ਨੂੰ ਕਿਹੜੀ ਉਚਾਈ ਤੇ ਕਿਹੜੇ ਰੂਪ ਵਿੱਚ ਹੋਰ ਖੜਿਆ ਜਾਵੇ ਕਿ ਇਹ ਸੰਘਰਸ਼ ਜਿਹੜਾ ਹੈ ਇਹਦਾ ਕੋਈ ਛੇਤੀ ਫੈਸਲਾ ਨਿਕਲੇ ਕਿਉਂਕਿ ਲੋਕੀ ਬੜੇ ਟਾਰਚਰ ਹੋ ਰਹੇ ਨੇ ਸਿਆਲ ਵਿੱਚ ਪਹਿਲਾਂ ਬੈਠੇ ਰਹੇ ਨੇ ਉੱਥੇ ਹੁਣ ਗਰਮੀਆਂ ਆ ਗਈਆਂ ਇੱਕ ਟਾਰਚ ਰਾਈਜ਼ੇਸ਼ਨ ਆ ਲੋਕ ਰਾਜ ਵਿੱਚ ਐਡਮਿਨਿਸਟ੍ਰੇਸ਼ਨ ਸਰਕਾਰ ਕਰ ਰਹੀ ਆ ਕਿਹੜਾ ਮੋੜ ਬਦਲਿਆ ਜਾਵੇ ਕਿਸਾਨ ਜਿਹੜੇ ਨੇ ਉਹ ਕਿਸ ਮੋੜ ਤੇ ਇਹ ਸੰਘਰਸ਼ ਨੂੰ ਜਾਣ ਹਰਦੇਸ ਸਿੰਘ ਜੀ ਇਹ ਜਿਹੜਾ ਤੁਹਾਡਾ ਸਵਾਲ ਹੈ ਨਾ ਹਰਦੇਸ ਸਿੰਘ ਜੀ ਇਹ ਹਰ ਉਸ ਕਿਸਾਨ ਹਮਾਇਤੀ ਦਾ ਸਵਾਲ ਆ ਜਿਹੜਾ ਕਿਸਾਨਾਂ ਦੇ ਦਰਦ ਵਿੱਚ ਸ਼ਾਮਲ ਹੈ ਇਹ ਸਾਰਿਆਂ ਦਾ ਸਵਾਲ ਹੈ ਜੀ 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 ਇਹ ਠੀਕ ਆ ਕੇਪੀ ਸਿੰਘ ਜੀ ਅਸੀਂ ਤੁਸੀਂ 3-4 ਮਹੀਨੇ ਤੋਂ ਸਵਾਲ ਕਰ ਕਰ ਥੱਕ ਗਏ ਹੋ ਮੈਂ ਥੱਕਿਆ ਨਹੀਂ ਹਰਦੇਸ ਸਿੰਘ ਜੀ ਮੈਂ ਥੱਕਦਾ ਨਹੀਂ ਸਰ ਨਹੀਂ ਠੀਕ ਆ ਚਲੋ ਬਹੁਤ ਸੁਣੀ ਗੱਲ ਤੁਸੀਂ ਵੀ ਨਹੀਂ ਥਕਣਾ ਸਰ ਤੁਸੀਂ ਵੀ ਨਹੀਂ ਥਕਣਾ ਪੋਜ਼ਿਟਿਵ ਰਹਿਣਾ ਥੈਂਕ ਯੂ ਥੈਂਕ ਯੂ ਪੋਸਿਟਿਵ ਹੈ ਨਾ ਥੱਕਣਾ ਨਹੀਂ ਸਰ ਸੰਘਰਸ਼ ਲੰਬੇ ਸੰਘਰਸ਼ ਲੰਬੇ ਹੁੰਦੇ ਆ ਸਰ ਓਕੇ ਓਕੇ ਬਹੁਤ ਵਧੀਆ ਇਹਨਾਂ ਲੋਕਾਂ ਤੁਸੀਂ ਇਹ ਹੌਸਲਾ ਦਿੰਦੇ ਰਹੋ ਲੋਕਾਂ ਨੂੰ ਕੇਪੀ ਸਿੰਘ ਜੀ ਮੈਂ ਪਹਿਲੀ ਵਾਰੀ ਤੁਹਾਡੇ ਤੋਂ ਇਹ ਗੱਲ ਸੁਣੀ ਹੈ ਇਹ ਤੁਸੀਂ ਹੌਸਲਾ ਦੇਣਾ ਲੋਕਾਂ ਨੂੰ ਇਹ ਸੰਘਰਸ਼ ਲੰਬੇ ਹੁੰਦੇ ਕੋਈ ਸ਼ੱਕ ਨਹੀਂ ਪਰ ਇਹ ਸਰਕਾਰ ਦਾ ਮੁਕਾਬਲਾ ਕਿਵੇਂ ਕੀਤਾ ਜਾਏਗਾ ਇਹ ਦੱਸੋ ਜੀ ਠੀਕ ਆ ਹਰਦੇਵ ਜੀ ਮੈਂ ਸਵਾਲ ਡਾਟਾ ਕਰ ਤੋਂ ਲੈ ਰਹੇ ਹਾਂ ਸਰ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਡਾਟਾ ਕਰਕੇ ਇਹ ਸਾਰਾ ਦਾ ਸਵਾਲ ਆ ਜੀ ਹਰਦੇਵ ਸਿੰਘ ਦਾ ਜਿਹੜਾ ਸਵਾਲ ਹੈ ਇਹਨਾਂ ਨੇ ਬੜਾ ਵਾਜਿਬ ਸਵਾਲ ਕੀਤਾ ਹੈ ਕਿ ਸੰਘਰਸ਼ ਦਾ ਫੈਸਲਾ ਕਦੋਂ ਹੋਊਗਾ ਸਰ ਦੇਖੋ ਤੁਸੀਂ ਦੱਸ ਦਿੱਤਾ ਵੀ ਸੰਘਰਸ਼ੇ ਲੰਬਾ ਹੈ ਇਹਦਾ ਸੰਘਰਸ਼ ਨੂੰ ਪਹਿਨਾ ਇਹਦੀ ਤਸਵੀਰ ਜੇ ਸਮਝ ਲਈਏ ਤਸਵੀਰ ਇਹਦੀ ਇਹ ਹੈ ਵੀ ਇਹ ਟੋਟਲ ਸਿਸਟਮ ਦੇ ਖਿਲਾਫ ਸੰਘਰਸ਼ ਹੈ ਵਿਕਾਸ ਦੇ ਮਾਡਰਨ ਦੇ ਖਿਲਾਫ ਸੰਘਰਸ਼ ਹੈ ਕੋਈ ਨਰਮੇ ਦਾ ਭਾ ਲੈਣ ਦਾ ਸੰਘਰਸ਼ ਨਹੀਂ ਹੈ ਇਹ ਕੋਈ ਫਸਲਾਂ ਦਾ ਭਾ ਲੈਣ ਦਾ ਸੰਘਰਸ਼ ਨਹੀਂ ਹੈ ਤੇ ਇਹ ਹੁਣ ਨਸਲਾਂ ਫਸਲਾਂ ਤੇ ਨਸਲਾਂ ਦਾ ਮਾਮਲਾ ਜਿਹੜਾ ਕਿਹਾ ਇਹ ਨਾਰਾ ਬਹੁਤ ਸੁਣਾ ਹੈ ਹੁਣ ਉਹ ਫਸਲਾਂ ਤੇ ਨਸਲਾਂ ਦਾ ਮਾਮਲਾ ਹੈ ਉਹਨੇ ਕੱਡੀ ਫਸਲ ਦਾ ਮਾਮਲਾ ਨਹੀਂ ਹੈ ਅਗਲੀ ਨਸਲ ਨੂੰ ਬਚਾਉਣ ਦਾ ਸਵਾਲ ਹੈ ਤਾਂ ਵੱਡਾ ਵੱਡੀ ਲੜਾਈ ਹੈ ਛੋਟੀ ਲੜਾਈ ਨਹੀਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵੀ 1857 ਤੋਂ ਹੀ ਲੱਗੇ ਤਾਂ 90 ਸਾਲ ਦੀ ਹੋ ਗਈ ਅੱਜ ਜਿਹੜੇ ਜਿੰਨੇ ਸਾਡੇ ਕੌਂਸਲਰ ਨੇ ਸਵਾਲ ਕਰੇ ਨੇ ਜੀ ਨੇ ਕਿ ਪਾਰਟੀ ਦੇ ਸਰਕਾਰ ਇਕੱਠੀ ਹੋ ਗਈ ਪ੍ਰਾਈਮ ਮਿਨਿਸਟਰ ਜਾ ਜਾ ਕੇ ਰੈਡੀਆਂ ਕਰੀ ਜਾਂਦਾ ਕਿਸੇ ਜ਼ਮਾਨੇ ਚਿੰਦਰਾ ਗਾਂਧੀ ਨੂੰ ਸਿਰਫ ਇਸ ਕਰਕੇ ਅੜਾਵਾ ਦੇ ਹਾਈ ਕੋਰਟ ਦੇ ਜਸਟਿਸ ਸਿਨਾ ਨੇ ਰਾਤਾ ਸੀ ਕਿ ਇਹਨਾਂ ਨੇ ਕਿਸੇ ਕਰਮਚਾਰੀ ਦੀ ਮਦਦ ਉਹ ਕੰਮ ਕਰਨ ਚ ਲਈ ਸੀ ਚੋਣਾਂ ਵਾਲੀ ਤੇ ਹੁਣ ਤਾਂ ਸਾਰੇ ਮੰਚ ਵੀ ਮੈਨੂੰ ਲੱਗਦਾ ਹੈ ਸਰਕਾਰਾਂ ਹੀ ਵਿਸਾਰਤ ਜੀਆਂ ਨੇ ਇਹ ਪੜ੍ਹਦਾ ਇਸ ਤੋਂ ਪਹਿਲਾਂ ਸਵਾਲ ਸੀ ਡਟ ਕਰ ਕੋ ਵੀ ਕਹ ਰਹੇ ਸੀਗੇ ਮੋਦੀ ਜੀ ਦਿਸਦੇ ਆ ਮੁੱਦੇ ਨਹੀਂ ਦਿਸਦੇ ਹਾਂ ਜੇ ਉਹ ਅੱਜ ਸਾਡਾ ਜਿਹੜੇ ਪ੍ਰਧਾਨ ਮੰਤਰੀ ਨੇ ਬੇਸਿਕਲੀ ਇੰਨੇ ਇਹ ਜੇ ਪ੍ਰਧਾਨ ਮੰਤਰੀ ਮੈਂ ਕਦੀ ਨਹੀਂ ਦੇਖਿਆ ਜਿਹੜੇ ਮੁੱਦਿਆਂ ਤੋਂ ਭੜਕਾ ਕੇ ਪ੍ਰਧਾਨ ਮੰਤਰੀ ਆਪਣੇ ਨਾਰਿਆਂ ਦੀ ਗੱਲ ਕਰਦੇ ਨੇ ਆਪਣੇ ਪ੍ਰੋਗਰਾਮਾਂ ਦੀ ਗੱਲ ਕਰਦੇ ਨੇ ਪਰ ਮੁੱਦਿਆਂ ਤੋਂ ਇੰਨਾ ਭੜਕਾ ਕੇ ਗੱਲ ਕਰਨੀ ਜੇ ਤੁਸੀਂ ਪਿੱਛੇ ਕੁਝ ਦਿਨ ਪਹਿਲਾਂ ਬੰਗਾਲ ਦੇ ਵਿੱਚ ਪ੍ਰਧਾਨ ਮੰਤਰੀ ਰੈਡੀ ਤੁਸੀਂ ਸੁਣੀ ਹੋਵੇ ਜਰੂਰ ਸੁਣੀ ਹੋਏਗੀ ਕਿਉਂਕਿ ਤੁਸੀਂ ਮੀਡੀਆ 'ਚ ਰਹਿੰਦੇ ਹੋ ਉਹਦੇ ਵਿੱਚੋਂ ਨਾਰੇ ਇਸ ਤਰ੍ਹਾਂ ਲਵਾ ਰਹੇ ਸੀ ਇਹ ਲੱਗਦਾ ਹੀ ਨਹੀਂ ਸੀ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਨੂੰ ਇਹ ਲੱਗਦਾ ਸੀ ਮੈਂ ਕੋਈ ਸਧਾਰਨ ਬੰਦਾ ਤੁਰਿਆ ਜਾਂਦਾ ਉਹ ਇਹ ਜੇ ਨਾਰੇ ਲਵਾ ਰਹੇ ਹੈ ਜੇ ਤੁਸੀਂ ਤਕੀਆ ਖलाम ਇੱਕ ਗਲਿਮਾ ਹੁੰਦੀ ਹੈ ਕਿਸੇ ਵੀ ਅ ਅਹੁਦੇ ਦੀ ਉਹ ਪ੍ਰਾਈਮ ਮਿਨਿਸਟਰ ਨੇ ਦੇਸ਼ ਦੀ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਕੰਮ ਕਰਨ ਦਾ ਗੱਲ ਕਰਨ ਦਾ ਤੋ ਤਰੀਕਾ ਉਹ ਹੋਣਾ ਚਾਹੀਦਾ ਹੈ ਜਿਹੜਾ ਦੇਸ਼ ਦੀ ਇੱਜ਼ਤ ਵਧਾਵੇ ਇਹ ਤਾਂ ਕਹਿੰਦੇ ਅਸੀਂ ਜਦੋਂ ਇੱਜ਼ਤ ਕਿੱਥੋਂ ਵਧਾ ਰਹੇ ਨੇ ਇਸ ਦੀ ਕਿਹ ਨਾਲ ਗੱਲ ਹੋ ਰਹੀ ਹੈ ਜਿਹਨ ਲੋਕਾਂ ਨੂੰ ਲੱਗਦਾ ਯਾਰ ਇਹਨਾਂ ਦਾ ਇਹੋ ਜਿਹਾ ਪ੍ਰਦਰਸ਼ਨ ਡਟ ਕਰ ਡਟ ਕਰਗਾ ਆਪਾਂ ਆਖਰੀ ਆਖਰੀ ਸਵਾਲਾਂ ਵੱਲ ਡਟ ਕਰਗ ਇੱਕ ਧਰਮ ਇੱਕ ਨਿੱਜੀ ਸਾਡਾ ਵਿਸ਼ਵਾਸ ਦਾ ਪ੍ਰਤੀਕ ਹੈ ਨਿੱਜੀ ਆਸਤਾ ਸਾਡੀ ਸਰ ਉਸ ਨੂੰ ਸਿਆਸੀ ਮੁੱਦਾ ਬਣਾ ਕੇ ਉਸ ਨੂੰ ਸਿਆਸੀ ਜਾਮਾ ਪਹਿਨਾ ਕੇ ਸਾਡੇ ਅੱਗੇ ਰੱਖਿਆ ਜਾ ਰਿਹਾ ਹੈ ਉਦੋਂ ਸਰ ਢਿੱਡ ਦਾ ਸਵਾਲ ਛੋਟਾ ਕਰ ਦਿੱਤਾ ਜਾਂਦਾ ਮੈਂ ਢਿੱਡ ਦਾ ਸਵਾਲ ਸਾਰੇ ਸੰਦਰਭ ਵਿੱਚ ਲੈ ਰਿਹਾ ਡਟਕਰ ਮੈਂ ਸਿਰਫ ਉਹ ਨਹੀਂ ਕਾ ਕਿ ਕਿਸਾਨ ਦਾ ਸਵਾਲ ਹੈ ਮੈਂ ਢਿੱਡ ਦਾ ਸਵਾਲ ਉਸ ਵਿੱਚ ਲੈ ਰਿਹਾ ਕਿ ਸਾਨੂੰ ਮਹਿੰਗੀ ਬਿਜਲੀ ਮਹਿੰਗਾ ਪਾਣੀ ਮਹਿੰਗੀ ਹਵਾ ਮੈਂ ਹਵਾ ਵੀ ਮਹਿੰਗੀ ਕਹਿ ਰਿਹਾ ਸਰ ਤੁਸੀਂ ਸਮਝ ਲਓ ਕਿ ਅਸੀਂ ਜਾ ਕੇ ਦੱਰ ਰਹੇ ਹਾਂ ਡਟਕਰ ਮੁੱਲ ਦੇ ਕੀ ਹਾਂ ਦੇਖੋ ਗੱਲ ਇਹ ਸਹੀ ਕਹਿ ਹੈ ਤੁਸੀਂ ਧਰਮ ਜਿਹੜਾ ਬਿਲਕੁਲ ਨਿੱਗੀ ਮਾਮਲਾ ਹੈ ਧਰਮ ਆਸਥਾ ਦਾ ਮਾਮਲਾ ਹੈ ਧਰਮ ਤੋਂ ਬਗੈਰ ਬੰਦੇ ਜੀਵ ਨਹੀਂ ਸਕਦੇ ਕਿਉਂਕਿ ਜਿੱਦਾਂ ਦੇ ਹਾਲਾਤ ਨੇ ਧਰਮੀ ਉਹਨੂੰ ਮਾੜਾ ਮੋਟਾ ਸਪੋਰਟ ਨਹੀਂ ਚਲੋ ਜਾਂ ਰੱਬ ਨੇ ਕਰਤਾ ਹੁਣ ਮੇਰੇ ਵਾਸਤੇ ਨਹੀਂ ਹੈ ਪਰ ਜਦ ਧਰਮ ਨੂੰ ਤੁਸੀਂ ਸਿਆਸਤ ਬਣਾ ਲੈਨੇ ਹੋ ਉਦੋਂ ਸਿਆਸਤ ਦਾ ਵੀ ਨੁਕਸਾਨ ਹੁੰਦਾ ਹੈ ਧਰਮ ਦਾ ਵੀ ਨੁਕਸਾਨ ਹੁੰਦਾ ਹੈ ਲੋਕਾਂ ਦਾ ਲੋਕਾਈ ਦਾ ਵੀ ਨੁਕਸਾਨ ਹੁੰਦਾ ਹੈ ਮੁਲਕ ਦਾ ਵੀ ਨੁਕਸਾਨ ਹੁੰਦਾ ਹੈ ਇਸੇ ਕਰਕੇ ਅੱਜ ਸਾਡਾ ਦੇਸ਼ ਹੈ ਜਿਹੜਾ ਸੰਕਟ ਵਿੱਚ ਬਹੁਤ ਜ਼ਿਆਦਾ ਪਿਛੇ 6 ਸਾਲਾਂ ਚ ਫਸਿਆ ਹੈ ਕਿਉਂਕਿ ਅਸੀਂ ਧਰਮ ਨੂੰ ਪਿਓਰ ਨਹੀਂ ਸਿਆਸਤ ਬਣਾਤਾ ਧਰਮ ਨੂੰ ਲੋਕਾਂ ਨੇ ਪਹਿਲਾਂ ਵੀ ਸਿਆਸਤ ਵਾਸਤੇ ਵਰਤਿਆ ਪਰ ਹੁਣ ਬਿਲਕੁਲ ਧਰਮ ਹੀ ਸਿਆਸਤ ਬਣਤਾ ਜਾਂ ਸਿਆਸਤ ਧਰਮ ਬਣ ਗਈ ਧਰਮ ਹੀ ਸਿਆਸਤ ਬਣ ਗਿਆ ਮੰਦਰ ਦਾ ਤੁਸੀਂ ਨਹੀਂ ਪੱਥਰ ਰੱਖਣ ਆਏ ਜੇ ਪ੍ਰਾਈਮ ਮਿੰਿਸਟਰ ਆਖਿਓ ਜਦ ਕਿ ਮੰਦਰੋ ਹਿੰਦੂਆਂ ਦਾ ਹਿੰਦੂਆਂ ਦਾ ਕੋਈ ਵੀ ਬੰਦਾ ਰੱਖੇ ਲੀਡਰ ਸੋ ਜਦ ਤੁਸੀਂ ਇੱਕ ਫਿਰਕੇ ਦੇ ਇੱਕ ਧਰਮ ਦੇ ਨਮਾਇਦੇ ਹੋ ਕੇ ਇਹ ਇੱਕ ਨੇਮ ਏਮ ਨਾਲ ਹੈ ਜੋ ਤੁਸੀਂ ਕਹਿੰਦੇ ਢਿੱਡ ਦਾ ਸਵਾਲ ਢਿੱਡ ਦੇ ਸਵਾਲ ਦੇ ਵਿੱਚ ਰੋਜ਼ਗਾਰ ਖਤਮ ਕਰੇ ਜਾ ਰਹੇ ਨੇ ਹਰ ਚੀਜ਼ ਵੇਚਣ ਕਰਕੇ ਮਹਿੰਗੀ ਹੋ ਰਹੀ ਹੈ ਅ ਗੈਸ ਦਾ ਭਾਅ ਆਪਾਂ ਦੇਖ ਹੀ ਲਿਆ ਬਜਟ ਦੇ ਵਿੱਚ ਜੇ ਤੁਸੀਂ ਦੇਖੋ ਜਿਹੜਾ ਸਬਸਿਡੀ ਵਾਸਤੇ ਫੂਡ ਖਰੀਦਣੀ ਸੀ 4 ਕਰੋੜ 34 ਲੱਖ ਤੋਂ ਘਟਾ ਕੇ 2 ਕਰੋੜ 51 ਲੱਖ ਕਰ ਦਿੱਤਾ ਗਿਆ ਗੈਸ ਸਬਸਿਡੀ 28000 ਕਰੋੜ ਤੋਂ ਘਟਾ ਕੇ 12000 ਕਰੋੜ ਕਰ ਦਿੱਤੀ ਗਈ ਯੂਰੀਆ ਦਾ ਅੱਧਾ ਕਰ ਦਿੱਤੀ ਗਈ ਸਬਸਿਡੀ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਦੇਖ ਲਓ ਬਜਟ ਨੂੰ ਕਿਸੇ ਵੀ ਰੂਪ ਦੇ ਵਿੱਚ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਕੀ ਤੋਂ ਖੋ ਰਹੇ ਹੋ ਤੇ ਕਿਹਨੂੰ ਦੇ ਰਹੇ ਹੋ ਉਹਦੇ ਵਿੱਚ ਠੀਕ ਠੀਕ ਡੱਟ ਕਰਕੇ ਤੁਸੀਂ ਕਹਿ ਰਹੇ ਹੋ ਕਿ ਕਿੱਥੋਂ ਖੋ ਰਹੇ ਤੇ ਕਿਹਨੂੰ ਦੇ ਰਹੇ ਹੋ ਡਾਕਟਰ ਸਾਹਿਬ ਬੰਗਾਲ ਨਾਲ ਭੁੱਖ ਕਿਸ ਦਾ ਜੁੜਿਆ ਜੀ ਇਹ ਸਵਾਲ ਦਾ ਜਵਾਬ ਦੇ ਦਿਓ ਬਸ ਬੰਗਾਲ ਦੀ ਚੋਣ ਨਾਲ ਦੇਸ਼ ਦਾ ਭਵਿੱਖ ਜੁੜਿਆ ਹੈ ਮੈਂ ਅੱਜ ਕਹਿਣਾ ਜੇ ਕਿਤੇ ਬੰਗਾਲ ਦੇ ਵਿੱਚ ਖੁਦਾ ਨਖਾਸਤਾ ਬੀਜੇਪੀ ਨੂੰ ਪਰਫਾਰਮੈਂਸ ਵੀ ਚੰਗੀ ਹੋ ਗਈ ਜਿੱਤਨ ਦੀ ਤਾਂ ਗੱਲ ਛੱਡੋ ਤਾਂ ਵੀ ਦੇਸ਼ ਨੂੰ ਨੁਕਸਾਨ ਹੋਏਗਾ ਅੱਜ ਜ਼ਰੂਰੀ ਹੈ ਬੰਗਾਲ ਇੱਕ ਐਸੀ ਸਟੇਟ ਹੈ ਜੇ ਕਿਤੇ ਅੱਜ ਬੀਜੇਪੀ ਨੂੰ ਹਰਾ ਲੁੰਦੇ ਨੇ ਸਾਰੇ ਇਕੱਠੇ ਹੋ ਕੇ ਜਿਵੇਂ ਮਰਜੀ ਉਹਨਾਂ ਦੇ ਕੰਬੀਨੇਸ਼ਨ ਉਹ ਜਾਣਦੇ ਨੇ ਅੱਜ ਬੀਜੇਪੀ ਨੂੰ ਹਰਾਉਣਾ ਬੀਜੇਪੀ ਨੂੰ ਹਰਾਉਣ ਦਾ ਨਾਰਾ ਦੇਣਾ ਮੈਂ ਕੋਈ ਪੋਲੀਟੀਕਲ ਵਾਸਤੇ ਨਹੀਂ ਕਹਿ ਰਿਹਾ ਦੇਸ਼ ਦੇ ਹਿੱਤ ਚ ਹੈ ਜੇ ਦੇਸ਼ ਨੂੰ ਬਚਾਉਣਾ ਹੈ ਅੱਜ ਤਾ ਇਹ ਭਾਜਪੀ ਨੂੰ ਸਬਕ ਸਿਖਾਉਣਾ ਪਊਗਾ ਕਿਉਂਕਿ ਜੇ ਬੰਦ ਨੂੰ ਇੱਕ ਵਾਰੀ ਧੱਕਾ ਲਾ ਕੇ ਗਿਰ ਜੇ ਸ਼ਾਇਦ ਉਹਨੂੰ ਸਮਝ ਆ ਜਾਵੇ ਵੀ ਯਾਰ ਨਹੀਂ ਐਨਾ ਨਹੀਂ ਕਰਨਾ ਚਾਹੀਦਾ ਇਹ ਬਹੁਤ ਬੇਮੋੜ ਕੋੜਾ ਬਣਿਆ ਹੋਇਆ ਹੈ ਉਲਟੇ ਪਾਸੇ ਚੱਲ ਰਿਹਾ ਸਾਰੇ ਸੰਵਿਧਾਨ ਨੂੰ ਤੋੜ ਰਿਹਾ ਸਾਰੀਆਂ ਸੰਸਾਵਾਂ ਨੂੰ ਤੋੜ ਰਿਹਾ ਸਾਰੇ ਮਨੁੱਖੀ ਅਧਿਕਾਰਾਂ ਨੂੰ ਤੋੜ ਰਿਹਾ ਡੈਮੋਕ੍ਰੇਸੀ ਨੂੰ ਤੋੜ ਰਿਹਾ ਦੇਸ਼ ਨੂੰ ਤੋੜ ਰਿਹਾ ਇੱਕ ਆਖਰੀ ਸਵਾਲ ਇੱਕ ਆਖਰੀ ਸਵਾਲ ਹਰਦੇਵ ਸਿੰਘ ਹਰਣਾ ਨੇ ਕਿਹਾ ਸੀਗਾ ਸਟ੍ਰੈਸਡ ਫੀਲ ਕਰਦੇ ਪਿਆ ਸੀ ਸਰ ਦਬਾਅ ਵਿੱਚ ਪ੍ਰੈਸ਼ਰ ਚ ਉਹਨਾਂ ਨੂੰ ਕੀ ਜਵਾਬ ਦੋਗੇ ਸਰ ਗੋਲਣਾ ਤਾਂ ਮੇਰੀ ਕੋਈ ਗੱਲ ਨਹੀਂ ਪ੍ਰੈਸ਼ਰ ਵਾਕਈ ਇਹ ਸਾਰਿਆਂ ਦੀ ਪ੍ਰੈਸ਼ਰ ਹੈ ਵੀ ਯਾਰ ਇਹ ਕੀ ਕਰ ਰਹੇ ਨੇ ਉਹ ਪ੍ਰੈਸ਼ਰਾਈਜ਼ ਕਰਕੇ ਕਿ ਜਿਹੜੀ ਨਮੀ ਸਾਡੀ ਜਨਰੇਸ਼ਨ ਹੈ ਕਹਿੰਦੇ 55 ਤੋਂ ਘਾਟਾ ਦੀ ਉਹਨੇ ਕਦੇ ਇੰਨਾ ਪ੍ਰੈਸ਼ਰ ਦੇਖਿਆ ਨਹੀਂ ਅਦਰਵਾਈਜ਼ ਨੰਦੇ ਸੰਘਰਸ਼ ਚੱਲਦੇ ਰਹੇ ਨੇ ਤੇ ਦੂਜਾ ਉਹ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਡੈਮੋਕ੍ਰੇਸੀ ਦਾ ਇੱਕ ਬਹੁਤ ਸੋਹਣਾ ਮਾਡਲ ਬਣਾ ਰੱਖਿਆ ਸੀ ਜੀ ਚਲੋ ਮਾੜਾ ਬਾਦ ਘਾਟਦਾ ਹੁੰਦੀ ਹੈ ਪਰ ਇੰਨਾ ਜ਼ਿਆਦਾ ਨਹੀਂ ਹੁੰਦਾ ਇਹ ਪ੍ਰੈਸ਼ਰ ਉਹਦਾਂ ਦੇ ਹੈ ਜਿੱਦੇ ਟਰੰਪ ਦਾ ਪ੍ਰੈਸ਼ਰ ਅਮਰੀਕਾ ਨਾਲ ਤੇ ਪੈਣਾ ਸ਼ੁਰੂ ਹੋਇਆ ਸੀ ਵੀ ਯਾਨੀ ਕੀ ਕਰ ਰਿਹਾ ਹਾਰ ਕੇ ਵੀ ਨਹੀਂ ਜਾ ਰਿਹਾ ਅਲਟੀਮੇਟਲੀ ਉਹਨਾਂ ਜਾਣਾ ਪਿਆ ਮੋਦੀ ਸਾਹਿਬ ਨਾਲ ਵੀ ਇਹੀ ਹੋ ਚਲੋ ਬਹੁਤ ਅਰਮਾਡਾ ਪੈ ਲੱਗ ਗਿਆ ਕਿ ਤੁਸੀਂ ਬਹੁਤ ਬੇਬਾਕੀ ਨਾਲ ਆਪਣੀ رائے ਰੱਖੀ ਹੈ ਤੇ ਕਾਲਰਸ ਨੇ ਵੀ ਤੁਹਾਨੂੰ ਸਵਾਲ ਜਵਾਬ ਕੀਤੇ ਆ ਡਾਕਟਰ ਪਹਿਲਾ ਗਰਗਰ ਨੇ ਜਿਸ ਤਰ੍ਹਾਂ ਦੱਸਿਆ ਕਿ ਕਿਸਾਨਾਂ ਦਾ ਬੰਗਾਲ ਮੋਰਚਾ ਲੈ ਕੇ ਕੀ ਹੋਵੇਗਾ ਬੰਗਾਲ ਦੇ ਨਾਲ ਕਿਹੜਾ ਪੁੱਖ ਜੁੜਿਆ ਇਹ ਸਭ ਨੂੰ ਸਾਨੂੰ ਸਮਝੀ ਜਰੂਰ ਚਾਹੀਦੀ ਆ ਪਰ ਕਿਸਾਨ ਸੰਘਰਸ਼ ਦੇ ਵਿਚਾਲੇ ਕੀ ਟ੍ਰੇਡ ਦਾ ਸਵਾਲ ਟ੍ਰੇਡ ਦਾ ਨਾਰਾ ਜਿਹੜਾ ਉੱਥੇ ਗੂੰਜੇਗਾ ਸਵਾਲ ਇਹ ਆਪਣੇ ਵਿੱਚ ਮਤਵਪੂਰਨ ਆ ਕਿਉਂਕਿ ਧਰਮ ਦੇ ਨਾਰੇ ਜਿਹੜੇ ਉੱਥੇ ਗੂੰਜ ਰਹੇ ਆ ਤੇ ਉਸ ਤਰੂਹੀ ਕੰਦੀ ਰਾਜਨੀਤੀ ਵਿੱਚ ਦੇਸ਼ ਦਾ ਨਾਤਾ ਕਿਸਾਨ ਕਿੱਥੇ ਖੜਾ ਇਹ ਸਵਾਲ ਸਾਡੇ ਸਭ ਦੇ ਲਈ ਵੱਟਾ ਤੇ ਇੰਤਜ਼ਾਰ ਕਰੋ 2 ਮਈ ਦਾ ਕਦੋਂ ਇਹ ਨਾਰਾ ਜਿਹੜਾ ਨਤੀਜਾ ਲੈ ਕੇ ਆਵੇਗਾ ਕਿਹੜਾ ਨਾਰਾ ਨਤੀਜਾ ਲੈ ਕੇ ਆਵੇਗਾ ਮੈਂ ਜਿਆਦਾ ਫੋਨ ਕਾਲਸ ਨਹੀਂ ਲੈ ਸਕਿਆ ਉਹਦੇ ਲਈ ਮਾਫੀ ਪਰ ਜਿੰਨੀਆਂ ਫੋਨ ਕਾਲਸ ਲਈਆਂ ਉਹਨਾਂ ਦਾ ਬਹੁਤ ਤਨਵਾਦ ਉਹਨਾਂ ਨੇ ਬਹੁਤ ਹੀ ਵਾਜਿਬ ਸਵਾਲ ਕੀਤੇ ਆ ਤੇ ਐਵੇਂ ਸਹੀਦਾ ਸਵਾਲ ਕਰਦੇ ਰਹੋ ਤੇ ਸਹੀਦਾ ਚਰਚਾ ਲੈ ਕੇ ਅਸੀਂ ਹਾਜ਼ਰ ਹੁੰਦੇ ਰਾਵਾਂਗੇ ਜਸ ਪਰਵਾਰ ਤੁਹਾਡੇ ਨਾਲ ਹਮੇਸ਼ਾ ਖੜਾ ਬਹੁਤ ਧੰਨਵਾਦ